ਸਸਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇ ਲੀਯੂਐਸਏ ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਮੈਂ ਹਸਨ ਜੀ ਵਿਸ਼ਖੰਨਾ ਟਵਿੱਟਰ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਰਿਹਾ ਹੈ ਸੋਸ਼ਲ ਮੀਡੀਆ ਦਾ ਤੇ ਹੁਣ ਬਹੁਤ ਸਾਰੇ ਹੋਰ ਪਲੇਟਫਾਰਮ ਵੀ ਹੁਣ ਚੈਲੰਜ ਦੇਣ ਵਾਸਤੇ ਮਾਰਕੀਟਰ ਦੇ ਵਿੱਚ ਆ ਚੁੱਕੇ ਨੇ ਐਲਨ ਮਸਕ ਜਿਨ੍ਹਾਂ ਨੇ ਟਵਿੱਟਰ ਨੂੰ ਖਰੀਦਿਆ ਥੋੜੇ ਉਲਝੇ ਹੋਏ ਨੇ ਥੋੜੇ ਗੁੱਸੇਚ ਨੇ ਕਿਉਂਕਿ ਚੈਲੰਜ ਹੈ ਚੁਣੌਤੀ ਹੈ ਬਿਜ਼ਨਸ ਹੈ ਸੋ ਲੋਕਾਂ ਨੇ ਕੀ ਕਰਨਾ ਹੈ ਕਿ ਹੁਣ ਟਵਿੱਟਰ ਤੋਂ ਦੂਜੇ ਜੋ ਸੋਸ਼ਲ ਮੀਡੀਆ ਹੈਂਡਲਸ ਨੇ ਉਹਦੇ ਵੱਲ ਸ਼ਿਫਟ ਕਰਨਾ ਹੈ ਇਹ ਬਿਲਕੁਲ ਇਦਾਂ ਹੈ ਜਿਵੇਂ ਆਪਣਾ ਇੱਕ ਘਰ ਛੱਡ ਕੇ ਦੂਜੇ ਘਰ ਦੇ ਵਿੱਚ ਮਾਈਗ੍ਰੇਟ ਕਰਨਾ ਪੁਰਾਣੇ ਘਰ ਦੇ ਵਿੱਚ ਤੁਹਾਡੇ ਬਹੁਤ ਸਾਰੇ ਦੋਸਤ ਤੁਹਾਡੇ ਬਹੁਤ ਸਾਰੇ ਰਿਲੇਸ਼ਨਸ ਤੁਹਾਡਾ ਬਹੁਤ ਸਾਰਾ ਨੈਟਵਰਕ ਤੁਹਾਡੇ ਕੋਲ ਮੌਜੂਦ ਹੁੰਦਾ ਹੈ ਨਵੇਂ ਘਰ ਜਾ ਕੇ ਕਿਦਾਂ ਦਾ ਮਾਹੌਲ ਮਿਲੇਗਾ ਕਿਦਾਂ ਦੇ ਲੋਕ ਮਿਲਣਗੇ ਕਿਦਾਂ ਦਾ ਨੈਟਵਰਕ ਬਣੇਗਾ ਉਹ ਇੱਕ ਚੈਲੰਜ ਰਹਿੰਦਾ ਹੈ ਅੱਜ ਹਰ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਹੈ ਸੋਸ਼ਲ ਮੀਡੀਆ ਨੂੰ ਆਪਣੇ ਬਿਜ਼ਨਸ ਪਰਪਸ ਵਾਸਤੇ ਇਸਤੇਮਾਲ ਕਰਦਾ ਹੈ ਕਈ ਲੋਕ ਗੋਸਪੀ ਵਾਸਤੇ ਵੀ ਇਸਤੇਮਾਲ ਕਰਦੇ ਨੇ ਕਈ ਲੋਕ ਸੋਸ਼ਲ ਮੂਵਮੈਂਟਸ ਵਾਸਤੇ ਇਸਤੇਮਾਲ ਕਰਦੇ ਨੇ ਸਬ ਦੇ ਵੱਖ-ਵੱਖ ਪਰਪਸ ਨੇ ਉਹਦੇ ਵਿੱਚ ਕਾਫੀ ਹੱਦ ਤੱਕ ਸਕਸੈਸਫੁਲ ਵੀ ਹੁੰਦੇ ਨੇ ਪਰ ਜੇ ਨਵੇਂ ਪਲੇਟਫਾਰਮ ਤੇ ਜਾਓਗੇ ਉੱਥੇ ਉਹ ਸਭ ਸਹੂਲਤਾਂ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ ਇੱਕ ਵਿਚਾਰਵਾਰੀ ਗੱਲ ਹੁੰਦੀ ਹੈ ਤਕਨੀਕ ਬਾਅਦ ਵਿੱਚ ਦੇਖੀ ਜਾਂਦੀ ਹੈ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਤੁਹਾਡੀ ਸੋਸ਼ਲ ਨੈਟਵਰਕਿੰਗ ਕਿਸ ਲੈਵਲ ਤੇ ਬਣਦੀ ਹੈ ਨਵੇਂ ਪਲੇਟਫਾਰਮ ਦੇ ਉੱਤੇ ਤੇ ਜਿਹੜੇ ਨਵੇਂ ਪਲੇਟਫਾਰਮ ਜਿਸ ਤਰ੍ਹਾਂ ਥ੍ਰੈਡ ਆਇਆ ਹੈ ਮਾਰਕੀਟ ਦੇ ਵਿੱਚ ਔਰ ਉਹਨਾਂ ਨੇ ਇੱਕ ਕਲੇਮ ਕੀਤਾ ਕਿ ਪਹਿਲੇ ਦਿਨ ਹੀ 3 ਕਰੋੜ ਤੋਂ ਜ਼ਿਆਦਾ यूजर्स बन गए ਨੇ اور ਲੋਕਾਂ ਨੇ ਉਹਨਾਂ ਨੂੰ ਜੁਆਇਨ ਕੀਤਾ ਹੈ اور ਬਹੁਤ ਵਧੀਆ ਮਾਰਕੀਟ ਵਿੱਚ ਉਹ ਰਿਸਪਾਂਸ ਮਿਲ ਰਿਹਾ ਹੈ। اور ਟਵਿੱਟਰ ਕਿਉਂਕਿ ਬਹੁਤ ਦੇਰ ਤੋਂ ਮਾਰਕੀਟ ਦੇ ਵਿੱਚ ਹੈ ਇਸ ਕਰਕੇ ਐਲਨ ਮਸਕ تھੋੜੀ ਸੋਚ ਵਿੱਚ ਨੇ ਹਾਲਾਂਕਿ ਬਹੁਤ ਦੇਰ ਤੋਂ ਉਹ ਆਬਵੀਅਸ ਵੀ ਨਹੀਂ ਗਏ ਟਵਿੱਟਰ ਦੇ ਵਰਚੁਅਲ ਮੀਟਿੰਗਸ ਦੇ ਨਾਲ ਹੀ ਸਾਰਾ ਬਿਜ਼ਨਸ ਹੈਂਡਲ ਕਰਦੇ ਨੇ ਪਰ ਇਸ ਵਕਤ ਜਿਹੜੀ ਸਾਰੀ ਸਥਿਤੀ ਬਣੀ ਹੋਈ ਹੈ ਕਾਬਿਲ ਗੌਰ ਹੈ। اور ਲੋਕ ਇਹ ਚਾਹੁੰਦੇ ਨੇ ਕਿ ਉਹ ਜਿਸ ਵੀ سوشل ਸਾਈਟ ਤੇ ਜਾਣ ਉਹਨਾਂ ਦੇ ਭਰਪੂਰ ਫਰੈਂਡਸ ਬਣਨ। ਭਰਪੂਰ ਘਰ ਵਰਗਾ ਮਾਹੌਲ ਮਿਲੇ ਜਿੱਦੇ ਵਿੱਚ ਉਹ ਆਪਣੇ ਦਿਲ ਦੀ ਗੱਲ ਸਭ ਦੇ ਅੱਗੇ ਰੱਖ ਸਕਣ ਠੀਕ ਉਸੇ ਤਰ੍ਹਾਂ ਬਹੁਤ ਕੰਟਰੀਜ਼ ਆਪਣੇ ਦਿਲ ਦੀ ਗੱਲ ਇੱਕ ਦੂਜੇ ਉੱਤੇ ਰੱਖਦੀਆਂ ਨੇ ਸੋਸ਼ਲ ਪਲੇਟਫਾਰਮਸ ਦੇ ਉੱਤੇ ਵੀ ਟਵੀਟਸ ਵੀ ਹੁੰਦੇ ਨੇ ਔਰ ਨਾਲ ਇੰਟਰਨੈਸ਼ਨਲ ਲੈਵਲ ਤੇ ਮੀਟਿੰਗਸ ਵੀ ਹੁੰਦੀਆਂ ਨੇ ਸੈਮੀਨਾਰਸ ਵੀ ਹੁੰਦੇ ਨੇ ਔਰ ਇਹ ਵੀ ਗੱਲਬਾਤ ਹੁੰਦੀ ਹੈ ਕਿ ਦੁਨੀਆ ਦੇ ਵਿੱਚ ਸ਼ਾਂਤੀ ਦੀ ਸਥਾਪਨਾ ਕਿੱਦਾਂ ਕੀਤੀ ਜਾਏ ਸੋ ਜਿਸ ਤਰ੍ਹਾਂ ਸੇ ਜਾਣਦੇ ਆ ਅਮਰੀਕਾ ਨੇ ਕੋਸ਼ਿਸ਼ ਕੀਤਾ ਕਿ ਉਸ ਨੇ ਸਾਰੇ ਰਸਾਇਣਿਕ ਹਥਿਆਰ ਨਸ਼ਟ ਕਰ ਦਿੱਤੇ ਨੇ ਪਰ ਨਾਲ ਯੂਕਰੇਨ ਵਾਰ ਦੇ ਵਿੱਚ ਉਹ ਨਾਲ ਖੜਾ ਹੈ ਯੂਕਰੇਨ ਦੇ ਔਰ ਉਹਨਾਂ ਨੂੰ ਹਥਿਆਰ ਵੀ ਸਪਲਾਈ ਕਰ ਰਿਹਾ ਹੈ ਔਰ ਰਸ਼ੀਆ ਵੀ ਪੂਰੇ ਜ਼ੋਰ ਸ਼ੋਰ ਨਾਲ ਯੂਕਰੇਨ ਨੂੰ ਕਾਬੂ ਕਰਨ ਦੇ ਵਿੱਚ ਲੱਗਾ ਹੋਇਆ 1 ਸਾਲ ਤੋਂ ਵੱਧ ਹੋ ਚੁੱਕਾ ਹੈ ਹੁਣ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਇੱਕ ਪਾਸੇ ਵਿਸ਼ਵ ਸ਼ਾਂਤੀ ਦੀ ਗੱਲ ਹੁੰਦੀ ਹੈ ਇੱਕ ਪਾਸੇ ਯੁੱਧ ਵਾਸਤੇ ਦਿੱਤੇ ਜਾਂਦੇ ਨੇ ਹਥਿਆਰ ਤਾਂ ਫਿਰ ਟੇਬਲ ਦੇ ਉੱਤੇ ਬੈਠ ਕੇ ਗੱਲਬਾਤ ਕਰਕੇ ਸਮਾਪਤੀ ਕਿਉਂ ਨਹੀਂ ਕੀਤੀ ਜਾਂਦੀ ਯੁੱਧ ਦੀ ਐਕਸਪਰਟਸ ਕਹਿੰਦੇ ਨੇ ਕਿ ਵਾਰ ਇਜ਼ देयर ਬਿਜ਼ਨਸ ਕਿਉਂਕਿ ਉਹਨਾਂ ਨੇ ਆਪਣੀ ਸੈਟੇਲਾਈਟ ਇੰਡਸਟਰੀ ਨੂੰ ਚਲਾਉਣਾ ਹੈ ਦੈਟ ਇਜ਼ ਵੈਪਨਸ ਸੋ ਦੋਵੇਂ ਤਰ੍ਹਾਂ ਦੀਆਂ ਗੱਲਾਂ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਜੋ ਇੰਟਰਨੈਸ਼ਨਲ ਕਮਿਊਨਿਟੀ ਹੈ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਮਾਰਕੀਟ ਹੈ ਜਿਹਦੇ ਵਿੱਚ ਵਾਰ ਇਜ਼ ਅ ਬਿਜ਼ਨਸ ਸੋ ਪੂਰਾ ਦੁਨੀਆ ਦਾ ਜਿਹੜਾ ਲੋਕਾਂ ਦਾ ਗਰੁੱਪ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਰੇ ਵੀ ਚਰਚਾ ਕਰਦਾ ਹੈ ਵਕ ਵਕ ਜੀਓ ਪੋਲਿਟਿਕਸ ਦੇ ਮੈਟਰਸ ਬਾਰੇ ਵੀ ਚਰਚਾ ਕਰਦਾ ਹੈ ਤੇ ਨਾਲ ਚਰਚਾ ਕਰਦਾ ਹੈ ਕਿ ਅਸੀਂ ਲੋਕਾਂ ਨੇ ਮਿਲ ਕੇ ਕਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਦੀ ਸਥਾਪਨਾ ਕਰਨੀ ਹੈ ਆਪਣੀ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਕਿਉਂਕਿ ਜੋ ਪੋਲੀਟੀਕਲ ਲੀਡਰਸ ਨੇ ਆਪਣੀ ਪੋਲੀਟੀਕਲ ਪੁਖ ਵਾਸਤੇ ਆਪਸ ਦੇ ਵਿੱਚ ਯੁੱਧ ਕਰਦੇ ਨੇ ਚਾਹੇ ਉਹ ਦੇਸ਼ ਹੋਣ ਚਾਹੇ ਉਹ ਗਰੁੱਪਸ ਹੋਣ ਚਾਹੇ ਉਹ ਵੱਖ-ਵੱਖ ਸੂਬੇ ਹੋਣ ਕਿਸੇ ਵੀ ਤਰ੍ਹਾਂ ਦੀ ਇਕਨੋਮਿਕ ਵਾਰ ਵੀ ਹੋ ਸਕਦੀ ਹੈ ਵੈਪਨਸ ਦੇ ਨਾਲ ਵੀ ਵਾਰ ਹੋ ਸਕਦੀ ਹੈ ਉਹਨਾਂ ਦੀ ਜੋ ਹੈ ਪੋਲੀਟੀਕਲ ਈਗੋ ਹੈ ਇਹਨੂੰ ਕਿਤਸਾ ਸੈਟੀਸਫਾਈ ਕੀਤਾ ਜਾਵੇ ਇਹ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਤੇ ਲੋਕਾਂ ਨੂੰ ਕਿਦਾਂ ਸਮਝ ਆਏਗੀ ਇਸ ਕਰਕੇ ਲੋਕ ਆਪਣੀ ਸਮਝਦਾਰੀ ਦਾ ਪ੍ਰਦਰਸ਼ਨ ਸੋਸ਼ਲ ਮੀਡੀਆ ਤੇ ਕਰਦੇ ਨੇ ਸੋ ਦੁਨੀਆ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਕੁੱਲ ਮਿਲਾ ਕੇ ਬਹੁਤ ਸ਼ੋਰ ਸ਼ਰਾਬ ਹੈ ਇਸ ਸ਼ੋਰ ਸ਼ਰਾਬੇ ਵਿੱਚੋਂ ਅਸੀਂ ਆਪਣਾ ਰਾਹ ਕੱਢਣਾ ਹੈ ਤੇ ਅਸੀਂ ਵੀ ਹੁਣ ਆਪਣਾ ਰਾਹ ਕੱਢਦੇ ਆਂ ਚੱਲਦੇ ਆਂ ਪੰਜਾਬ ਦੇ ਮੁੱਦਿਆਂ ਵੱਲ ਚੱਲਦੇ ਆਂ ਭਾਰਤ ਦੇ ਮੁੱਦਿਆਂ ਦੇ ਵੱਲ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਹਾਂਜੀ ਬਲਕਾਰ ਜੀ ਜੀ ਫਰਸਟ ਕਲਾਸ ਸਹੀ ਸਲਾਮਤ ਸੀ ਟਾਕ ਜਿਸ ਤਰ੍ਹਾਂ ਆਪਣੀ ਧਰਤੀ ਆਪਣੇ ਲੋਕ ਆ ਆਪਣਾ ਵਿਸ਼ਵਾ ਜਿਸ ਤਰ੍ਹਾਂ ਤੁਸੀਂ ਵਿਸ਼ਵਾ ਸ਼ਾਂਤੀ ਦੀ ਗੱਲ ਕੀਤੀ ਹੈ ਇਹ ਸਾਰੇ ਦੇਸਾਂ ਵਿਦੇਸ਼ਾਂ ਵਿੱਚ ਤੇ ਦੁਨੀਆ ਵਿੱਚ ਸਾਰੇ ਲੋਕ ਸਾਡਾ ਆਪਣਾ ਟੱਬਰ ਆਪਣਾ ਪਰਿਵਾਰ ਹੈ ਤੇ ਆਓ ਅੱਜ ਉਸੇ ਪਰਿਵਾਰ ਦੀ ਫਿਰ ਕੋਈ ਨਾ ਕੋਈ ਗੱਲ ਕਰੀਏ ਜਿਹੜੀ ਦਿਨ ਦਿਹਾੜੇ ਕੋਈ ਨਾ ਕੋਈ ਚੰਗੀ ਖਬਰ ਵੀ ਆ ਕੁਝ ਮਾੜੀਆਂ ਵੀ ਆ ਵਧੀਆ ਖਬਰਾਂ ਬਿਲਕੁਲ ਜੀ ਵਧੀਆ ਖਬਰਾਂ ਇਹ ਨੇ ਕਿ ਕਹਿਆ ਜਾਂਦਾ ਕਿ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀ ਹੈ ਸੰਵਿਧਾਨ ਇਸ ਗੱਲ ਦਾ ਭਖਪੂਰਦਾ ਬਿਲਕੁਲ ਭਾਰਤ ਦੇ ਵਿੱਚ ਜਿਹੜੇ ਘੱਟ ਗਿਣਤੀ ਨੇ ਉਹ ਜ਼ਿਆਦਾ ਸੁਰੱਖਿਅਤ ਨੇ ਅਨੁਸਬਤ ਅਮਰੀਕਾ ਦੇ ਅਮਰੀਕਾ ਦੇ ਵਿੱਚ ਜਿਹੜੇ ਮਾਈਨੋਰਟੀਜ਼ ਨੇ ਉਹ ਇਨਸੁਰਖਿਅਤ ਨਹੀਂ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਸਭ ਤੋਂ ਸਿਵਲਾਈਜ਼ਡ ਸੋਸਾਇਟੀ ਹੈ ਰੇਸਿਜ਼ਮ ਦੀ ਗੱਲ ਵੀ ਹੁੰਦੀ ਹੈ ਤੇ ਅਸੀਂ ਦੇਖਦੇ ਆ ਕਿ ਰੇਸਿਜ਼ਮ ਨੂੰ ਲੈ ਕੇ ਸੁਪਰੀਮ ਕੋਰਟ ਆਫ ਅਮਰੀਕਾ ਨੇ ਬਹੁਤ ਸਾਰੇ ਕਾਨੂੰਨ ਵੀ ਬਣਾਏ ਨੇ ਫੈਸਲੇ ਵੀ ਲੀਤੇ ਨੇ ਔਰ ਨਿੰਦਾ ਵੀ ਕੀਤੀ ਹੈ ਰੇਸਿਜ਼ਮ ਦੀ ਇਹ ਵੀ ਅਸੀਂ ਦੇਖਦੇ ਹਾਂ ਤੇ ਰੇਸਿਜ਼ਮ ਦੇ ਉੱਤੇ ਬੇਸਡ ਯੂਨੀਵਰਸਿਟੀ ਦੇ ਵਿੱਚ ਕਾਲਜਸ ਦੇ ਵਿੱਚ ਜਿਹੜੇ ਐਡਮਿਸ਼ਨਸ ਹੁੰਦੇ ਸੀ ਉਹਦੇ ਉੱਤੇ ਵੀ ਹੁਣ ਬੈਨ ਕਰ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਇਹ ਕਿਹਾ ਜਾ ਰਿਹਾ ਕਿ ਅਮਰੀਕਾ ਦੇ ਵਿੱਚ ਮਾਈਨੋਰਟੀਜ਼ ਇੰਨੀਆਂ ਸੁਰੱਖਿਅਤ ਨਹੀਂ ਹੈਗੀਆਂ ਜਿੰਨੀਆਂ ਭਾਰਤ ਦੇ ਵਿੱਚ ਨੇ ਹਾਲਾਂਕਿ ਰੀਸੈਂਟਲੀ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਗਏ ਨੇ ਅਮਰੀਕਾ ਸਟੇਟ ਵਿਜ਼ਿਟ ਦੇ ਉਤੇ ਉਥੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਤੁਸੀਂ ਭਾਰਤ ਵਿੱਚ ਮਾਈਨੋਰਟੀਜ਼ ਦੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਦੇ ਵਾਸਤੇ ਕੀ ਕਰ ਰਹੇ ਹੋ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਸਲੀ ਵਿਤਕਰਾ ਜਿਹੜਾ ਅਮਰੀਕਾ 'ਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੁਣੇ-ਹੁਣੇ ਆਪਾਂ ਦੱਸਿਆ ਸੀਗਾ ਪਹਿਲਾਂ ਕਿ ਉਹਦੇ ਵਿੱਚ ਕੁਝ ਲੋਕ ਜਿਹੜੇ ਆਫੀਸਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਕੁੱਟਿਆ ਜਾਂ ਉਹਨਾਂ ਦੇ ਘਰਾਂ ਵਿੱਚ ਤੇ ਰੇਡ ਕੀਤਾ ਛਾਪੇ ਮਾਰੇ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਤੇ ਕੇਸ ਚਲਾਏ ਆ ਫ੍ਰਾਂਸ ਇੱਕ ਫੈਸਲਾ ਲੈਣ ਜਾ ਰਿਹਾ ਹੈ ਕਿ ਹਰ ਸਾਲ 20000 ਭਾਰਤੀ ਸਟੂਡੈਂਟਸ ਨੂੰ ਵੀਜ਼ਾ ਦੇਏਗਾ ਸਟੱਡੀ ਵੀਜ਼ਾ ਇਹ ਸਾਡੇ ਵਾਸਤੇ ਬਹੁਤ ਵਧੀਆ ਖਬਰ ਹੈ ਕਿਉਂਕਿ ਦੁਆਰ ਹਮੇਸ਼ਾ ਖੁੱਲੇ ਰਹਿੰਦੇ ਨੇ ਅਮਰੀਕਾ ਦੇ ਕੈਨੇਡਾ ਦੇ ਹੋਰ ਵੀ ਕਈ ਮੁਲਕਾਂ ਦੇ ਹੁਣ ਇਸ ਵਾਰ ਫ੍ਰਾਂਸ ਵੀ ਦੁਆਰ ਖੋਲਣ ਜਾ ਰਿਹਾ ਹੈ ਉਹ ਵੀ ਚਾਹੁੰਦਾ ਹੈ ਕਿ ਇੰਡੀਆ ਦੀ ਕ੍ਰੀਮ ਉਹ ਆਵੇ ਫਰਾਂਸ ਦੇ ਵਿੱਚ ਆ ਕੇ ਬਸੇ ਹੋ ਸਕਦਾ ਉਸ ਤੋਂ ਬਾਅਦ ਉਹਨਾਂ ਨੂੰ ਰਹਾਇਸ਼ ਵਾਸਤੇ ਵੀ ਸੁਵਿਧਾ ਦੇ ਦਿੱਤੀ ਜਾਵੇ ਤੇ ਉੱਥੋਂ ਦੀ ਇਕਨੋਮੀ ਦੇ ਵਿੱਚ ਉੱਥੋਂ ਦੇ ਸਟਰਕਚਰ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਉਹਨਾਂ ਨੂੰ ਵੀ ਰਿਚ ਕਰੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਭਾਰਤੀ ਲੋਕ ਪੰਜਾਬੀ ਲੋਕ ਜਿੱਥੇ ਜਾਂਦੇ ਨੇ ਖੂਬ ਮਿਹਨਤੀ ਨੇ ਔਰ ਉੱਥੇ ਦੇਸ਼ ਦਾ ਵੀ ਨਾਂ ਚਮਕਾਉਂਦੇ ਨੇ ਆਪਣਾ ਨਾਂ ਵੀ ਚਮਕਾਉਂਦੇ ਨੇ ਜੇ ਥਿਸ ਦੇਸ਼ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਉਸ ਦੇਸ਼ ਦਾ ਨਾਂ ਵੀ ਚਮਕਾਉਂਦੇ ਨੇ ਸਰ ਜੀਵ ਜੀ ਗੱਲ ਤਾਂ ਵਧੀਆਗਾ ਤੁਸੀਂ ਅੱਜ ਬੜੀਆਂ ਖੁਸ਼ ਖਬਰੀਆਂ ਲਿਆ ਰਹੇ ਸਾਡੇ ਆਪਣੇ ਦਰਸ਼ਕਾਂ ਲਈ ਔਰ ਪਹਿਲਾਂ ਵੀ ਬੜੀ ਅੱਛੀ ਖਬਰ ਸੀ ਆ ਦੂਜੀ ਖਬਰ ਜਿਹੜੀ ਲਈ ਆ ਕਿ ਫਰਾਂਸ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਕਹਿ ਦਿੱਤਾ ਕਿ ਤੁਸੀਂ ਹੁਣ ਜੋ ਵੀ ਹੈ ਨਾ ਅੱਗੇ ਤੋਂ ਇਹ ਹਦਾਇਤਾਂ ਹੈਗੀਆਂ ਕਿ 2025 ਤੱਕ 20 ਹਜ਼ਾਰ ਹਰ ਸਾਲ ਬੱਚਾ ਜਿਹੜਾ ਸਟੱਡੀ ਵੀਜ਼ਾ ਹਾਸਲ ਕਰ ਸਕੇਗਾ ਔਰ ਤੁਸੀਂ ਖਾਸ ਕਰਕੇ ਆਂ ਦੇ ਇਹਦੇ ਵਿੱਚ ਇੱਕ ਮਿਆਦ ਰੱਖ ਦਿੱਤੀ ਆ ਔਰ ਉਹਦੇ ਵਿੱਚ ਇਹ ਦੁੱਗਣੀ ਕਰਤੀ ਮਿਆਦ ਪਹਿਲੋਂ ਨਾਲ ਔਰ ਬਿਲੋ estrana 2019 ਤੇ 2006 ਤੋਂ ਲੈ ਕੇ 2019 ਤੱਕ ਇਹਨਾ ਨਹੀਂ ਸੀਗਾ ਇਹਨਾ ਡਬਲ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਬੱਚੇ ਫਰਾਂਸ ਚ ਆਉਣਾ ਚਾਹੁੰਦੇ ਆ ਪੜ੍ਹਨਾ ਚਾਹੁੰਦੇ ਆ ਔਰ ਉਹਦੇ ਵਿੱਚ ਸਾਡੀ ਇਕਨੋਮੀ ਵੀ ਬੂਸਟ ਹੋ ਜੇਗੀ ਲੋਕਾਂ ਦੇ ਪੇਰੈਂਟਸ ਜਿਹੜੇ ਬੱਚਾ ਦੇ ਉਹ ਵੀ ਆਉਣਗੇ ਔਰ ਉਹਦੇ ਵਿੱਚ ਕੰਮ ਕਰਨਗੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਲੋਕ ਮਿਹਨਤੀ ਆ ਮੁਸ਼ਕਲਤ ਕਰਦੇ ਆ ਹਿੰਮਤ ਕਰਦੇ ਆ ਪੈਸਾ ਵੀ ਲਾਉਂਦੇ ਆ ਔਰ ਉਹਦੇ ਨਾਲ ਦੇਸ਼ ਦੀ ਖੁਸ਼ਹਾਲੀ ਵੀ ਹੁੰਦੀ ਆ ਆਪਣੀ ਖੁਸ਼ਹਾਲੀ ਵੀ ਕਰਦੇ ਆ ਆਪਣੇ ਪਰਿਵਾਰ ਦੀ ਖੁਸ਼ਹਾਲ ਵੀ ਕਰਦੇ ਆ ਇਹ ਗੱਲ ਜਿਹੜੀ ਹੈਗੀ ਆ ਕਿਉਂਕਿ ਪਹਿਲੋਂ ਅਮਰੀਕਾ ਕੈਨੇਡਾ ਇੰਗਲੈਂਡ ਔਰ ਨਿਊਜ਼ੀਲੈਂਡ ਸਵਿਟਜ਼ਰਲੈਂਡ ਇਹਨਾਂ ਕੰਟਰੀਆਂ 'ਚ ਜ਼ਿਆਦਾ ਜਾ ਰਹੇ ਸੀਗੇ ਜਾਪਾਨ 'ਚ ਵੀ ਬਹੁਤ ਪਹਿਲਾਂ ਗਏ ਆ ਪਰ ਹੁਣ ਜਿਹੜਾ ਫਰਾਂਸ ਵੀ ਬੱਚੇ ਜਾਣਾ ਚਾ ਰਹੇ ਆ ਸਟੱਡੀ ਦੇ ਤੌਰ ਤੇ ਮੈਡੀਕਲ ਐਜੂਕੇਸ਼ਨ ਵੀ ਲੈ ਰਹੇ ਆ ਔਰ ਉਹਦੇ ਵਿੱਚ ਦੂਸਰੀ ਹਾਇਰ ਐਜੂਕੇਸ਼ਨ ਲਈ ਵੀ ਬੱਚੇ ਜਾ ਰਹੇ ਆ ਔਰ ਉਹਦੇ ਵਿੱਚ ਪ੍ਰੋਫੈਸ਼ਨਲ ਐਜੂਕੇਸ਼ਨ ਦਾ ਬਹੁਤ ਹੈ ਔਰ ਫਰਾਂਸ ਜਿਹੜਾ ਤੁਹਾਨੂੰ ਪਤਾ ਹੈ ਕਿ ਬਹੁਤ ਵੱਡਾ ਕੰਟਰੀ ਹੈ ਤੁਸੀਂ ਜੇ ਕੈਨੇਡਾ 'ਚ ਬਹਿ ਕੇ ਜਦੋਂ ਪੀਆਰ ਲੈਂਦੇ ਜੇ ਤੁਸੀਂ ਫਰੈਂਚ ਫਰਾਂਸ ਦੀ ਭਾਸ਼ਾ ਸਿੱਖ ਤੇ ਤੁਹਾਨੂੰ ਪੀਆਰ ਮਿਲ ਜਾਂਦੀ ਹੈ ਇਹਦੀ ਵੈਰਲਟੀ ਹੈਗੀ ਆ ਹਰ ਜਗ੍ਹਾ ਹਰ ਦੇਸ਼ ਦੇ ਵਿੱਚ ਔਰ ਐਸੇ ਇਹ ਵੱਡੀ ਖੁਸ਼ਖਬਰੀ ਹੈ ਸਾਡੇ ਜਿਹੜੇ ਪੇਰੈਂਟਸ ਨੇ ਬੱਚਿਆਂ ਦੇ ਮਾਪੇ ਨੇ ਕਿ ਫਰਾਂਸ ਵਿੱਚ ਬੱਚੇ ਜਿਹੜਾ ਜਾਣਾ ਚਾਹੁੰਦੇ ਆ ਹੁਣ ਉਹਨਾਂ ਨੇ ਮਿਆਦ ਵੀ ਵਧਾ ਦਿੱਤੀ ਔਰ ਉਹਦੇ ਵਿੱਚ ਜਿਹੜੀ ਤਾਦਾਦ ਵਧਾ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਕਹਤਾ ਕਿ ਹੁਣ 20000 ਬੱਚਾ ਆ ਸਕਦਾ ਔਰ ਤੁਹਾਨੂੰ ਪਤਾ ਮੂਰੇ ਪੰਜਾਬੀ ਹੁੰਦੇ ਆ ਹਰ ਵਾਰੀ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਨੂੰ ਜਦੋਂ ਖਬਰ ਦਾ ਪਤਾ ਲੱਗ ਗਿਆ ਹੁਣ ਸਾਰੇ ਲੋਕ ਉਥੇ ਪਹੁੰਚਣਗੇ ਪਰ ਟਰੈਵਲ ਏਜੰਟਾਂ ਦਾ ਥੋੜਾ ਬਚਣਾ ਚਾਹੀਦਾ ਵੇਖ ਕੇ ਜਾਂਚ ਕੇ ਉਹਨਾਂ ਰਜਿਸਟਰਡ ਨੇ ਲਾਇਸੈਂਸ ਹੋਲਡਰ ਨੇ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਗੁਜਾਰਿਸ਼ ਕਰਦੇ ਹਾਂ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਜਦੋਂ ਉਹਨਾਂ ਕੋਲ ਲੈ ਕੇ ਜਾਣਗੇ ਤਾਂ ਉਹ ਧਿਆਨ ਨਾਲ ਵੇਖਣ ਕਿ ਬੱਚੇ ਜਾਂਦੇ ਲਈ ਪੂਰਾ ਵਾਰ ਕੰਮ ਕਰਨਗੇ ਔਰ ਜਿਹੜੇ ਫੇਕ ਡਾਕੂਮੈਂਟਸ ਹੋ ਉਹ ਨਾ ਲਾ ਦੇਣ ਉਹਨਾਂ ਨੂੰ ਪਹਿਲਾਂ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਸੇ ਸਿਆਣੇ ਨੂੰ ਦਿਖਾਉਣੇ ਚਾਹੀਦੇ ਜਦੋਂ ਫਾਈਲ ਬਣਦੀ ਹੈ ਫਾਈਲ ਨੂੰ ਪਹਿਲਾਂ ਆਪ ਆਪਣੇ ਅੱਖਾਂ ਨਾਲ ਵੇਖਣਾ ਕਿਉਂਕਿ ਹੁਣ 700 ਮੁੰਡਾ ਐ ਇਸ ਵੇਲੇ ਵਿਚਾਰਾ ਤੁਰਿਆ ਫਿਰਦਾ ਉਹਨਾਂ ਦੇ ਕੈਰੀਅਰ ਤੇ ਇੱਕ ਤਲਵਾਰ ਨਟਕ ਰਹੀ ਆ ਕੈਨੇਡਾ ਦੇ ਵਿੱਚ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਫੈਸਲਾ ਹੁੰਦਾ ਕੀ ਕਰਦੇ ਉਹ ਸਰਕਾਰ ਬਾਹਰਲੀ ਸਰਕਾਰ ਇਥੋਂ ਦੀ ਸਰਕਾਰ ਉਹ ਤੇ ਮੰਤਰਲਾ ਮੰਨ ਜੂਗੀ ਉਹਨਾਂ ਨੇ ਹੁਣ ਵੇਖਣਾ ਵੀ ਕੌਣ ਗਲਤ ਹੈ ਤੇ ਕੌਣ ਠੀਕ ਹੈਗਾ ਹੁਣ ਵਰजेश ਮਿਸ਼ਰਾ ਗ੍ਰਿਫਤਾਰ ਆ ਉਹਨਾਂ ਨੂੰ ਫੜਿਆ ਗਿਆ ਹੈਗਾ ਇਸ ਕਰਕੇ ਅਸੀਂ ਗੱਲ ਕਰਦੇ ਇਹਦੇ ਨਾਲ ਜੁੜਦੀ ਗੱਲ ਸੀ ਕਿ ਬੱਚੇ ਬਾਹਰ ਜਾਣਾ ਚਾਹੁੰਦੇ ਕੈਨੇਡਾ ਚ ਖਾਸ ਕਰਕੇ ਗਏ ਨੇ ਔਰ ਆਸਟ੍ਰੇਲੀਆ 'ਚ ਵੀ ਬਹੁਤ ਜਾ ਰਹੇ ਆ ਆਸਟ੍ਰੇਲੀਆ ਨੇ ਵੀ ਤੁਹਾਨੂੰ ਪਤਾ ਵਾ ਕੋਈ ਜੁਨੀਸੀ ਬੰਦੀ ਕਰਦੀ ਜੀ ਬੰਦ ਇਸ ਕਰਕੇ ਨਹੀਂ ਕੀਤੀ ਚੱਲ ਰਹੀਆਂ ਪਰ ਸਾਡੇ ਲਈ ਪੰਜਾਬ ਲਈ ਜੰਮੂ ਕਸ਼ਮੀਰ ਲਈ ਹਰਿਆਣਾ ਲਈ ਔਰ ਮਧ ਪ੍ਰਦੇਸ਼ ਕਰਨਾਟਕ ਉਸ ਸਟੇਟ ਹੈਗੇ ਆ ਉਹ ਉੱਥੇ ਐਡਮਿਸ਼ਨ ਨਹੀਂ ਲੈ ਸਕਣਗੇ ਬੱਚੇ ਪੜਨ ਨਹੀਂ ਜਾਂਦੇ ਸੀ ਪੀਆਰ ਲੈਂਦੇ ਸੀ ਕੰਟਰੀ ਕੰਟਰੀ ਬਹੁਤ ਵੱਡਾ ਹੈਗਾ ਔਰ ਪੋਪੂਲੇਸ਼ਨ ਥੋੜੀ ਹੈਗੀ ਅੰਗਰੇਜ਼ਾਂ ਦੇ ਅੰਡਰ ਹੈ ਵੀ ਨਿਊਜ਼ੀਲੈਂਡ ਦੇ ਨਾਲ ਦਾ ਕੰਟਰੀ ਉਹ ਵੀ ਨਹੀਂ ਅੰਗਰੇਜ਼ਾਂ ਦੇ ਅੰਡਰ ਰਿਹਾ ਮੈਨੂੰ ਸੁਣ ਕੇ ਤਾਂ ਕਹਿ ਕੇ ਬੜੀ ਹੈਰਾਨੀ ਹੁੰਦੀ ਹੈ ਸਾਡੇ ਦਰਸ਼ਕ ਵੀ ਹੈਰਾਨ ਹੋਣਗੇ ਕਿ ਦੇਖ ਲਓ ਅੰਗਰੇਜ਼ ਕਿੱਥੇ ਤੇ ਕਿੱਥੇ ਗਏ ਜਦੋਂ ਕਿ ਪਾਪੂਲੇਸ਼ਨ ਉਹਨਾਂ ਦੇ ਜਾਨ ਏਰੀਆ ਪੰਜਾਬ ਜਿੰਨਾ ਹੀ ਹੈਗਾ ਪੂਰੀ ਦੁਨੀਆ ਤੇ ਛਾਗੇ ਸੀ ਸਿਆਣੇ ਲੋਕ ਕਹਿੰਦੇ ਵੀ ਸੂਰਜ ਇਹਨਾਂ ਦਾ ਛਿਪਦਾ ਨਹੀਂ ਇਸ ਕਰਕੇ ਨਹੀਂ ਛਿਪਦਾ ਹਰ ਕੰਟਰੀ ਇਹਨਾਂ ਦੇ ਕੋਲ ਹਰ ਕੰਟਰੀ 'ਚ ਤੇ ਬੈਠੇ ਐਕਚੁਅਲੀ ਜਦੋਂ ਅਸੀਂ ਦੇਖੀ ਨਾ ਪੁਰਾਤਨ ਹਿਸਟਰੀ ਤਾਂ ਜੋ ਸਿਕੰਦਰ ਸਿਕੰਦਰ ਜਦੋਂ ਆਇਆ ਹੈ ਉਹ ਵੀ ਪੂਰੀ ਦੁਨੀਆ ਦੇ ਉੱਤੇ ਰਾਜ ਕਰਨ ਵਾਸਤੇ 326 BC ਚ ਆਇਆ ਹੈ ਉਸ ਵਕਤ ਉਸਨੇ ਉਹ ਸੁਪਨਾ ਦੇਖਿਆ ਆਈਸਟ ਇੰਡੀਆ ਕੰਪਨੀ ਆਈ ਆ ਇੱਕ ਕੈਨੇਡਾ ਤੋਂ ਵੀ ਆਈ ਸੀ ਉਹ ਫੇਲ ਰਹੀ ਪਰ ਜਿਹੜੀ ਇੰਗਲੈਂਡ ਤੋਂ ਆਈ ਉਹ ਸਕਸੈਸਫੁਲ ਰਹੀ ਔਰ ਉਹਨੇ ਵੀ ਇਹੀ ਸੁਪਨਾ ਦੇਖਿਆ ਪੂਰੀ ਦੁਨੀਆ ਦੇ ਉੱਤੇ ਰਾਜ ਕਰਨ ਦਾ ਔਰ ਅੱਜ ਵੀ ਦੇਸ਼ ਨੇ ਜਿਹੜੇ ਉਹ ਪੂਰੀ ਦੁਨੀਆ ਦੇ ਉੱਤੇ ਰਾਜ ਕਰਨ ਦੀ ਗੱਲ ਕਰਦੇ ਨੇ ਜਿਹੜਾ ਆਪਾਂ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਆ ਇਹ ਪੂਰੀ ਦੁਨੀਆ ਨੂੰ ਇੱਕ ਕਰਦੇ ਹੋ ਸਾਰਾ ਸਿਸਟਮ ਇੱਕ ਕਰਦੇ ਹੋ ਇਕਨੋਮੀ ਇੱਕ ਕਰਦੇ ਹੋ ਇੱਕੋ ਹੀ ਧਰਮ ਹੋਵੇ ਇੱਕੋ ਹੀ ਭਾਸ਼ਾ ਹੋਵੇ ਇੱਕੋ ਹੀ ਜਾਤੀ ਹੋਵੇ ਮਤਲਬ ਇਹ ਸਾਰੀਆਂ ਗੱਲਾਂ ਇੱਕ 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 ਦੇ ਵੱਲ ਵਧਦੇ ਪਏ ਆ ਤੇ ਇਹ ਵੀ ਦੁਨੀਆ ਦੇ ਉੱਤੇ ਪੂਰੀ ਦੁਨੀਆ ਦੇ ਉੱਤੇ ਰਾਜ ਕਰਨ ਦਾ ਸੁਪਨਾ ਹੈ ਜੋ ਨਿਊ ਵਰਲਡ ਆਰਡਰ ਦੀ ਅਸੀਂ ਗੱਲ ਕਰਦੇ ਆ ਇਹ ਇਨਸਾਨ ਦੇ ਮਨ ਚ ਸ਼ੁਰੂ ਹੋ ਰਿਹਾ ਤੇ ਅੰਗਰੇਜ਼ਾਂ ਨੇ ਵੀ ਇਸ ਸੁਪਨੇ ਨੂੰ ਲੈ ਕੇ ਕਿਹਾ ਔਰ ਕਿਹਾ ਜਾਂਦਾ ਹੈ ਕਿ ਕਿਸੇ ਵਕਤ 75% ਹਿੱਸੇ ਦੇ ਉੱਤੇ ਇਹਨਾਂ ਦਾ ਹੀ ਕਬਜ਼ਾ ਸੀ 70% ਪਾਣੀ ਹੈ ਪੂਰੇ ਵਰਲਡ ਤੇ ਧਰਤੀ ਦੇ ਉੱਤੇ ਤੇ 75% ਜਦੋਂ ਸਿਕੰਦਰ ਨੇ ਵੀ ਆਪਣਾ ਸਾਰਾ ਇਲਾਇਆ ਸੀ ਕਿਆਫਾ ਕਿ ਮੈਂ ਸਾਰੀ ਦੁਨੀਆ ਜਿੱਤੂਗਾ ਸਾਰਾ ਕੁਝ ਹੈ ਹਿੰਦੁਸਤਾਨ ਤੇ ਜਿੱਤ ਪ੍ਰਾਪਤ ਕਰਕੇ ਨਿਕਲ ਗਿਆ ਪੋਰਸ ਨਾਲ ਜਦੋਂ ਲੜਿਆ ਉਦੋਂ ਦੀ ਜਿਹੜੀ ਹਾਰ ਵੀ ਹੋਈ ਆ ਉਦੋਂ ਬਾਅਦ ਉਹ ਪਿੱਛਾ ਨਹੀਂ ਦਿਖਾਇਆ ਦੌੜ ਗਿਆ ਔਰ ਇਹਦੇ ਵਿੱਚ ਜਿਹੜੀ ਹੈਗੀ ਐ ਅਸੀਂ ਅੰਗਰੇਜ਼ਾਂ ਦੀ ਗੱਲ ਕਰਦੇ ਆ ਗੋਆ ਪੁਰਤਗਿਜਾਂ ਦੇ ਅੰਡਰ ਰਹਾ ਹੁਣ ਜੇ ਗਏ ਆ ਥੋੜੀ ਦੇਰ ਤੋਂ ਪਹਿਲਾਂ ਪੁਰਤਗਾਲ ਹੀ ਰਹੇ ਉੱਥੇ ਉੱਥੇ ਸੜਕਾਂ ਜਿਹੜੀਆਂ ਬਿਲਡਿੰਗਾਂ ਜਿਹੜੇ ਉੱਥੇ ਮਾਲ ਬਣਿਆ ਸਾਰੇ ਪੁਰਤਗਿਜਾਂ ਦੇ ਬਣਾਏ ਆ ਉਹਨਾਂ ਦੇ ਆਰਕੀਟੈਕਟ ਦੇ ਹਿਸਾਬ ਨਾਲ ਬਣਾਏ ਆ ਸਾਰਾ ਕੁਝ ਨੂੰ ਜਾ ਕੇ ਦੇਖੋ ਔਰ ਉਹਦੇ ਵੀ ਅੰਗਰੇਜ਼ ਉੱਥੇ ਤੁਰੇ ਫਿਰਦੇ ਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਇੰਡੀਆ ਦਾ ਹਿੱਸਾ ਗੋਆ ਇਸ ਤਰ੍ਹਾਂ ਦਾ ਲੱਗਦਾ ਕਿ ਅਸੀਂ ਬਾਹਲੇ ਦੇਸ਼ ਚ ਆ ਗਏ ਬੀਚ ਜਿੜੀਆਂ ਉੱਤੇ ਵੇਖਣ ਵਾਲੀਆਂ ਸਾਨੂੰ ਬਾਤ ਕਰ ਰਿਹਾ ਧੁੱਪ ਸੇਕ ਰਿਹਾ ਅੰਗਰੇਜ਼ ਜੋ ਦੇਖ ਰਿਹਾ ਉੱਤੇ ਨਾ ਰਿਹਾ ਤੁਹਾਨੂੰ ਇਹ ਲੱਗਦਾ ਜਿਦਾਂ ਅਸੀਂ ਕਿਸੇ ਨਿਊਜ਼ੀਲੈਂਡ ਦੀ ਬੀਚ ਤੇ ਆ ਕੇ ਬੈਠ ਗਏ ਹੁਣ ਉਹਨਾਂ ਨੇ ਵੈਸੇ ਬੜਾ ਸੋਹਣਾ ਰੱਖਿਆ ਸੁਰੱਖਿਤ ਰੱਖਿਆ ਔਰ ਬਹੁਤ ਵਧੀਆ ਮੇਨਟੇਨ ਰੱਖਿਆ ਉਹਨਾਂ ਨੇ ਉਸਾ ਇਲਾਕੇ ਨੂੰ ਅੰਗਰੇਜ਼ਾਂ ਨੇ ਤੇ ਪੂਰੇ ਭਾਰਤ ਤੇ ਰਾਜ ਕੀਤਾ ਤੇ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਪਤਾਗਾ ਤਾਂ ਅੰਗਰੇਜ਼ਾਂ ਦੇ ਤੋਂ ਪਹਿਲਾਂ ਪੁਰਤਗিজਾਂ ਕੋ ਤਾਂ ਹੁਣ ਛਡਾਇਆ ਇਹਨਾਂ ਨੇ ਗੋਆ ਇਹ ਰਹੀ ਹੈ ਇਹਨੇ ਇੱਕ ਆਲਸੀ ਇਹਨੇ ਇੱਕ ਜਿਹੜੇ ਹੈਗੇ ਆ ਸੁਸ ਸਾਡੇ ਦੇਸ਼ ਦੇ ਲੋਕ ਰਹੇ ਆ ਔਰ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਵਰਗੇ ਨੇ ਆਏ ਉਹਨਾਂ ਡਾਂਗ ਫੇਰੀ ਡੰਡਾ ਫੇਰਿਆ ਗੋਲੀਆਂ ਚਲਾਈਆਂ ਤੇ ਫਿਰ ਦੌੜਿਆ ਡੰਡੇ ਨਾਲ ਦੌੜੇ ਸਾਡੇ ਨਾਲ ਇੱਥੇ ਜਿਹੜੀ ਇਹ ਗੱਲ ਰਹੀ ਹੈ ਉਹ ਇੱਥੇ ਪਿੱਠੂ ਬਹੁਤ ਰਹੇ ਨੇ ਬਿਲਕੁਲ ਅੰਗਰੇਜ਼ਾਂ ਦੇ ਟਾਊਟਸ ਬਹੁਤ ਰਹੇ ਨੇ ਟਾਊਟ ਰਹੇ ਜਿਨ੍ਹਾਂ ਨੇ ਮਤਲਬ ਨਮਕ ਖਰਾਬ ਜਿਆਦਾ ਨਹੀਂ ਨਾ ਕੋਈ ਜਿਆਦਾ ਤਾਂ ਬਟੋਰੀਆਂ ਚੇਅਰਮੈਨ ਬਣ ਕੇ ਉਹਦੇ ਚੇਅਰਮੈਨ ਤੋਂ ਬਾਅਦ ਉਹਨਾਂ ਨੇ ਇਲਾਕੇ ਦੇ ਨੰਬਰਦਾਰ ਬਣ ਕੇ ਸਾਰਾ ਕੁਝ ਬਣਨ ਤੋਂ ਬਾਅਦ ਇਸ ਕਰਕੇ ਇਹਨਾਂ ਦੇ ਪਿੱਠੂ ਬਣਨ ਵਾਲੇ ਇਹਨਾਂ ਨੇ ਜ਼ਾਇਦਾ ਤਾਂ ਬਟੋਰ ਲਿਆ ਜੇ ਵੀ ਵੰਡ ਜਿਹੜੀ ਹੈਗੀ ਹੈ ਕਾਣੀ ਵੰਡੀ ਆ ਉਹਨਾਂ ਨੂੰ ਦੇ ਗਏ ਬਾਕੀ ਲੋਕ ਗਰੀਬ ਬੈਠੇ ਆ ਗਏ ਇਸੇ ਕਰਕੇ ਹਿੰਦੁਸਤਾਨ ਦੇ ਵਿੱਚ 600 ਦੇ ਕਰੀਬ ਰਿਆਸਤਾਂ ਰਹੀਆਂ ਔਰ ਪੰਜਾਬ ਦੇ ਵਿੱਚ ਜਿਹੜੀਆਂ ਹੁਣਾਂ ਨਾਭਾ ਰਿਆਸਤ ਸੀ ਪਟਿਆਲਾ ਰਿਆਸਤ ਸੀਗੀ ਇਹਨਾਂ ਨੇ ਬਟੋਰ ਲਈ ਉਹਨਾਂ ਨੂੰ ਕੱਢਿਆ ਤੇ ਰਾਜੇ ਮਹਾਰਾਜ ਆ ਗਏ ਪਰਜਾ ਫਿਰ ਦੁਖੀ ਇਹ ਤੁਸੀਂ ਕਿੰਨੂੰ ਕਢੋਗੇ ਤੇ ਕਿਹਦੇ ਤੇ ਰਾਜ ਕਰੋਗੇ ਹੁਣ ਡੈਮੋਕ੍ਰੇਸੀ ਆ ਜਾਂ ਫਿਰ ਨਹੀਂ ਸੰਭਾਲੀ ਜਾਂਦੀ ਲੋਕਤੰਤਰ ਤੇ ਵੀ ਲਈ ਵੀ ਥੋੜਾ ਬਹੁਤ ਲੋਕਾਂ ਦੇ ਜਿਹੜੇ ਆਗੂ ਨੇ ਜਾਂ ਜਿਹੜੇ ਨੇਤਾ ਨੇ ਉਹਨਾਂ ਦੇ ਖੂਨ ਦੇ ਅੰਦਰ ਵੀ ਉਹੀ ਗੁਲਾਮੀ ਵਾਲਾ ਖੂਨ ਆਜੇ ਵੀ ਉਸੇ ਤਰ੍ਹਾਂ ਕਰ ਰਹੇ ਆ ਲੋਕਾਂ ਤੇ ਡਾਂਟ ਕੇ ਲੋਕਾਂ ਨੂੰ ਰਾਜ ਕਰਦੇ ਆ ਕਿਉਂਕਿ ਜਿਹੜੇ ਮਨਿਸਟਰਸ ਬਣਦੇ ਨੇ ਉਹ ਇਹੀ ਦਿਖਾਉਂਦੇ ਨੇ ਕਿ ਅਸੀਂ ਰਾਜ ਪਰਿਵਾਰ ਹਾਂ ਅਸੀਂ ਜਨਮ ਹੀ ਇਸ ਕਰਕੇ ਲਿੱਤਾ ਹੈ ਕਿ ਅਸੀਂ ਰਾਜ ਕਰਨਾ ਤੇ ਤੁਸੀਂ ਸਾਡੀ ਪਰਜਾ ਹੋ ਤੇ ਤੁਸੀਂ ਸਾਡੇ ਥੱਲੇ ਹੀ ਰਹਿਣਾ ਹੈ ਗੰਮ ਦੇ ਰਾਜੇ ਔਰ ਜਿੱਦਾਂ ਅਸੀਂ ਕਵਾਂਗੇ ਤੁਸੀਂ ਉਦਾਂ ਹੀ ਚੱਲਣਾ ਇਹ ਮਤਲਬ ਫਿਤਰਤ ਹੈ ਤੁਸੀਂ ਦੇਖੋ ਛੋਟੀ ਜੀ ਗੱਲ ਹੁੰਦੀ ਮਨਿਸਟਰ ਆ ਜਾਂਦੇ ਨੇ ਪਿੱਛੇ ਹਟ ਜੋ ਪਿੱਛੇ ਹਟ ਜੋ ਸਾਹਬ ਆਗੇ ਸਾਹਬ ਆਗੇ ਕੀ ਹੋ ਗਿਆ ਸਾਡੀਆਂ ਵੋਟਾਂ ਨਾਲ ਹੀ ਮਨਿਸਟਰ ਬਣਿਆ ਉਹ ਇੱਕ ਬੜੀ ਸਪੈਸ਼ਲ ਚੀਜ਼ ਹੈ ਅੱਗੇ ਤਾਂ ਵੋਟਾਂ ਨਹੀਂ ਪਾਵਾਂਗੇ ਤੇ ਨਹੀਂ ਰਹੇਗਾ ਬਿਲਕੁਲ ਨਹੀਂ ਔਰ 5 ਸਾਲ ਬਾਅਦ ਕਿਵੇਂ ਹੱਥ ਜੋੜਦਾ ਫਿਰਦਾ ਹੁੰਦਾ ਹੈ ਕਿਸਾਨ ਨੂੰ ਵੋਟਾਂ ਦਿਓ ਵੋਟਾਂ ਦਿਓ ਤਾਂ ਇਹ ਸਾਡੇ ਸਥਾਪਿਤ ਕੀਤੇ ਹੋਏ ਬੰਦੇ ਨੇ ਇਹ ਚੀਜ਼ ਡੈਮੋਕ੍ਰੇਸੀ ਤੁਸੀਂ ਠੀਕ ਕਹਿ ਰਹੇ ਹੋ ਸਮਝਣਾ ਚਾਹੀਦਾ ਸਾਡੀ ਸੋਚ ਵਿੱਚ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਸਹੀ ਗੱਲ ਮੌਸਮ ਆ ਕਾਫੀ ਹੱਦ ਤੱਕ ਕੰਟਰੋਲ ਤੋਂ ਬਾਹਰ ਤਾਂ ਹੁੰਦਾ ਹੀ ਹੈ ਕਿਉਂਕਿ ਸਾਨੂੰ ਪਤਾ ਹੀ ਹੈ ਕੁਦਰਤ ਦੇ ਉੱਤੇ ਕਿਸੇ ਦਾ ਵਾਸਾ ਹੈ ਨਹੀਂ ਪਰ ਕੰਟਰੋਲ ਕਿੱਥੇ ਹੁੰਦਾ ਕਿ ਜਿੰਨੀ ਕਿ ਸਾਡੀ ਤਿਆਰੀ ਹੈ ਅਸੀਂ ਆਪਣੇ ਲੋਕਾਂ ਦੇ ਨਾਲ ਖੜੇ ਹੋ ਸਕੀਏ ਤਾਂ ਬਾਰਿਸ਼ਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਪਹਾੜਾਂ ਦੇ ਉੱਤੇ ਬਹੁਤ ਬਾਰਿਸ਼ ਹੋ ਰਹੀ ਹੈ ਉਹ ਪਾਣੀ ਰੁੜ ਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਚ ਜਾ ਰਿਹਾ ਤੇ ਇੱਥੇ ਅਸੀਂ ਬੜੀਆਂ ਤਰੱਕੀਆਂ ਤਾਂ ਕਰ ਲਈਆਂ ਮਾਡਰਨ ਕਲੋਨੀਆਂ ਵੀ ਬਣਾ ਰਹੀਆਂ ਹਾਈਵੇਜ਼ ਵੀ ਬਣਾ ਰਹੇ ਪਰ ਜਿਹੜਾ ਪਾਣੀ ਦਾ ਨਿਕਾਸ ਹੁੰਦਾ ਸੀ ਉਹ ਸੂਏ ਉਹ ਸਭ ਨਕੀਆਂ ਨਹਿਰਾ ਉਹ ਸਭ ਬੰਦ ਕਰ ਦਿੱਤੀਆਂ ਹੁਣ ਉਹ ਪਾਣੀ ਨੇ ਕਿੱਧਰ ਤਾਂ ਜਾਣਾ ਹੀ ਆ ਉਹ ਰਹਾਇਸ਼ੀ ਇਲਾਕਿਆਂ ਚ ਵੜਿਆ ਫਿਰਦਾ ਕਿਉਂਕਿ ਨਿਕਾਸ ਦਾ ਉਹਨੂੰ ਕੋਈ ਥਾਂ ਨਹੀਂ ਮਿਲਦਾ ਪਿਆ ਔਰ ਆਪਣੀਆਂ ਗਲਤੀਆਂ ਦਾ ਖਾਮਿਆਜ਼ਾ ਅਸੀਂ ਆਪ ਪੁਗਦੇ ਪਈਆਂ ਜਿਹੜਾ ਕੁਦਰਤ ਨਾਲ ਖੇਲਵਾੜ ਅਸੀਂ ਕੀਤਾ ਜੰਗਲਾਂ ਦੀ ਕਟਾਈ ਕਰ ਦਿੱਤੀ ਔਰ ਬਲਕਾਰ ਜੀ ਜਿਹੜੇ ਰਸਤੇ ਰਹਿ ਵੀ ਗਏ ਨੇ ਨਿਕਾਸੀ ਦੇ ਉਹਨਾਂ ਦੀ ਸਫਾਈ ਨਹੀਂ ਹੋਈ ਉੱਤੇ ਝਾੜ ਉੱਗੇ ਹੋਏ ਨੇ ਪਾਣੀ ਉੱਥੋਂ ਨਿਕਲ ਨਹੀਂ ਸਕਦਾ ਪਿਆ ਪਾਣੀ ਫਸ ਜਾਂਦਾ ਤੇ ਫਿਰ ਇਸ ਕਰਕੇ ਰਹਾਸ਼ੀ ਇਲਾਕਿਆਂ ਦੇ ਵਿੱਚ ਤਬਾਹੀ ਮੱਚਦੀ ਹੈ ਇਦੋਂ ਨਹਿਰਾਂ ਦਾ ਪੱਧਰ ਉੱਤੇ ਡੈਮਜ਼ ਦਾ ਪੱਧਰ ਉੱਤੇ ਕਿਤੋਂ ਬੰਨ ਟੁੱਟਦੇ ਪੈਣੇ ਕਿਤੇ ਪਿੰਡਾਂ 'ਚ ਪਾਣੀ ਲੋਕ ਰੁੜਦੇ ਪੈਣੇ ਜਾਨਵਰ ਰੁੜਦੇ ਪੈਣੇ ਚਾਨ ਮਾਲ ਦਾ ਨੁਕਸਾਨ हां असल में ਜਿਹੜੀ ਸਥਿਤੀ ਹੈ ਬੜੀ ਭਿਆਨਕ ਹੋਰ ਬੜੀ ਹੈਰਾਨੀਜਨਕ ਵੀ ਹੋ ਗਈ ਹੈ ਇਸ ਕਰਕੇ ਇਹ ਹੈ ਕਿ ਮੌਨਸਨ ਪਾਣਾ ਇੱਕ ਤਾਂ ਐਡਵਾਂਸ ਆ ਗਈਆਂ ਉਹਦੇ ਨਾਲ ਮੀਂਹ ਦੀ ਜਿਹੜੀ ਬੁਸ਼ਾਰਾਂ ਜਾਂ ਜਿਹੜੀਆਂ ਝੜੀਆਂ ਜ਼ਿਆਦਾ ਲੱਗੀਆਂ ਔਰ ਮੀਂਹ ਵੀ ਜ਼ਿਆਦਾ ਪਿਆ ਪੰਜਾਬ ਵਿੱਚ ਵੀ ਖਾਸ ਕਰਕੇ ਪਿਆਰ ਐਡਵਾਂਸ 8 ਦਿਨ 10 ਦਿਨ ਪਹਿਲਾਂ ਆ ਗਈਆਂ ਬੇਸਿਕਲੀ ਜਿਹੜੀ ਦੇਸੀ ਤਾਰੀਖ ਹੁੰਦੀ ਸੀ ਸਾਵਣ ਦੇ ਮਹੀਨੇ ਦੇ ਵਿੱਚ ਹੀ ਮੀਂਹ ਦਾ ਜਿਆਦਾ ਪ੍ਰਪੋਕ ਹੁੰਦਾ ਸੀ ਮੀਂਹ ਜਿਆਦਾ ਹੁੰਦਾ ਸੀ ਛੜੀਆਂ ਅੱਠ ਅੱਠ ਤਣ ਲੱਗਦੀਆਂ ਸੀਗੀਆਂ ਉਦੋਂ ਵੀ ਹੜਾ ਆਉਂਦੇ ਸੀਗੇ ਇਸ ਕਰਕੇ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਸਤਲੁਜ ਬਿਆਸ ਹੈਗਾ ਦਰਿਆ ਜਿਹੜੇ ਵੱਡੇ ਸਾਡੇ ਹੈਗੇ ਆ ਉਹ ਰਾਵੀ ਉਹਦੇ ਵਿੱਚ ਪਾਣੀ ਜਦੋਂ ਆਉਂਦਾ ਜਿਆਦਾ ਪਹਾੜਾਂ ਚੋਂ ਆਉਂਦਾ ਪਾਣੀ ਉਹ ਮੈਦਾਨਾਂ ਨੂੰ ਆਉਂਦਾ ਦਰਿਆ ਸਾਡੇ ਮੈਦਾਨਾਂ ਵੱਲ ਆ ਵਗ ਰਹੇ ਆ ਜਿੱਦਾਂ ਹਰੀ ਕੇ ਜਿਹੜਾ ਹਾਈਡਰੋ ਪ੍ਰੋਜੈਕਟ ਹੈਗਾ ਉੱਥੇ ਦੋ ਦਰਿਆ ਮਿਲ ਜਾਂਦੇ ਆ ਬਿਆਸ ਔਰ ਸਤਲੁਜ ਇਕੱਠੇ ਹੁੰਦੇ ਆ ਰੋਦ ਬਾਦੋ ਉਦਪਤੋ ਨਹਿਰਾ ਨਿਕਲਦੀਆ ਚ ਸੂਏ ਨਿਕਲਦੇ ਆ ਤੇ ਖਾਲ ਨਿਕਲਦੇ ਆ ਮੋਗੇ ਨਿਕਲਦੇ ਆ ਸਾਰਾ ਕੁਛ ਹੈਗਾ ਜਦੋਂ ਪਾਣੀ ਜਦੋਂ ਓਵਰ ਹੋ ਜਾਂਦਾ ਤੇ ਉਹ ਬੰਨ ਟੁੱਟਦੇ ਆ ਬੰਨ ਟੁੱਟਣ ਨਾਲ ਇਹ ਮੀਂਹ ਜਿਹੜਾ ਪਿਆ ਵਾ ਇਹ ਪਾਣੀ ਸਾਡੇ ਪੰਜਾਬ ਦਾ ਪਾਣੀ ਨਹੀਂ ਪਾਣੀ ਬਾਹਰੋਂ ਆਇਆ ਹਿਮਾਚਲ ਤੋਂ ਦਰਿਆਵਾਂ ਦਾ ਪਾਣੀ ਆ ਗਿਆ ਔਰ ਉਹਦੇ ਵਿੱਚ ਹਰਿਆਣਾ ਵੀ ਇਹਦੇ ਨਾਲ ਅਫੈਕਟ ਹੋ ਗਿਆ ਪੰਜਾਬ ਵੀ ਹੋ ਗਿਆ ਤੇ ਖੁਦ ਹਿਮਾਚਲ ਤੇ ਰਹੇਗਾ ਕਿਉਂਕਿ ਹਿਮਾਚਲ ਉੱਚੀਆਂ ਚੀਜ਼ਾਂ ਤੇ ਪਰ ਨੈਸ਼ਨਲ ਹਾਈਵੇ ਉੱਥੇ ਵੀ ਟੁੱਟ ਗਿਆ ਉੱਥੇ ਵੀ ਪਹਾੜ ਲੈਂਡਸਲਾਈਡ ਹੋ ਰਿਹਾ ਡਿੱਗ ਰਹੇ ਪਹਾੜ ਗੱਡੀਆਂ ਟੁੱਟ ਰੀਆਂ ਬਹੁਤ ਬਹੁਤ ਤੇ ਵੀ ਜਾਨ ਮਾਲ ਦਾ ਜਿਹੜਾ ਨੁਕਸਾਨ ਹੋ ਗਿਆ ਔਰ ਇਹਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਹੈ ਪੰਜਾਬ ਸਰਕਾਰ ਨੇ ਖਾਤ ਕੀਤੀ ਆ ਵੈਟਰਨਰੀ ਡਾਕਟਰ ਲਾ ਦਿੱਤੇ ਆ ਡੰਗਰ ਅੱਛਾ ਸੰਭਾਲ ਰਹੇ ਆ ਔਰ ਉਹ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਜਿੱਥੇ ਪਾਣੀ ਜਾਵੜਿਆ ਪਿੰਡਾਂ ਦੇ ਵਿੱਚ ਜਿੱਥੇ ਹਵਾ ਵਾਲੀਆਂ ਬਾਰੀਆਂ ਜਿਹੜੀਆਂ ਲਾਈਆਂ ਤੁਸੀਂ ਵਿੰਡੋ ਲਾਈਆਂ ਉਹਦੇ ਵਿੱਚ ਪਾਣੀ ਆ ਗਿਆ ਤੁਹਾਡੀਆਂ ਚਪਲਾਂ ਤੁਹਾਡੇ ਬੂਟ ਤੁਹਾਡਾ ਲੱਭਦੇ ਨਹੀਂ ਕੁਝ ਵੀ ਸਾਰਾ ਕੁਝ ਡੰਗਰ ਵੀ ਜਿਹੜੇ ਆ ਗਏ ਨੁਕਸਾਨੇ ਗਏ ਆ ਉਨਾਂ ਨੂੰ ਸਾਰਾ ਕੁਝ ਬਿਮਾਰੀਆਂ ਹੋ ਗਈਆਂ ਔਰ ਉਹ ਭੁੱਖੇ ਬੈਠੇ ਨਗਰ ਵੀ ਵਿਚਾਰੇ ਔਰ ਇਹ ਗੱਲ ਜਿਹੜੀ ਪੰਜਾਬ ਦੇ ਖਾਸ ਤੌਰ ਤੇ ਪਿੰਡਾਂ 'ਚ ਆ ਗਈ ਛਾਹਕੋਟ ਤੱਕ ਇਹਦਾ ਮਾਰ ਆ ਗਈ ਹੈ ਛਾਹਕੋਟ ਤੋਂ ਤਾਜਪੁਰ ਦੇਲਾ ਹਿਰਿਵਾਗਾ ਖਾਸ ਕਰਕੇ ਜਿਹੜੇ ਦਰਿਆਵਾਂ ਦੇ ਨੇੜੇ ਹੈਗੇ ਸਾਰਾ ਕੁਝ ਜਿਹੜੇ ਪਿੰਡ ਹੈਗੇ ਹੁਣ ਗਵੰਦਵਾਲ ਸਾਹਿਬ ਹੈਗਾ ਜਿਹਨੂੰ ਸਿੱਖੀ ਦਾ ਧੁਰਾ ਆਂਦੇ ਜਿਹੜਾ ਗੁਰੂ ਅਮਰਦਾਸ ਜੀ ਨੇ ਵਸਾਇਆ ਸੀਗਾ ਉਹਦੇ ਅੱਗੇ ਖਡੂਰ ਸਾਹਿਬ ਹੈਗਾ ਗਵੰਦਵਾਲ ਸਾਹਿਬ ਬਾਤ ਉੱਚੀ ਜਗ੍ਹਾ ਤੇ ਬਣਾਇਆ ਹਾਲਾਂਕਿ ਦਰਿਆ ਬਿਆਸ ਦੇ ਕਿਨਾਰੇ ਤੇ ਹੈ ਕੰਢੇ ਤੇ ਹੈਗਾ ਗੁਰੂ ਸਾਹਿਬ ਨੇ ਦੇਖੋ ਕਿਸ ਤਰ੍ਹਾਂ ਦਾ ਨਗਰ ਬਸਾਇਆ ਬਹੁਤ ਉੱਚੀ ਜਗ੍ਹਾ ਤੇ ਹੈਗਾ ਔਰ ਉਸ ਨਗਰ ਦੇ ਵਿੱਚ ਕਦੀ ਪਾਣੀ ਨਹੀਂ ਆਇਆ ਅਜੇ ਤੱਕ ਨਗਰ ਦੇ ਵਿੱਚ ਨਹੀਂ ਪਾਣੀ ਵੜਿਆ ਪਾਣੀ ਵਾਲੇ ਵਾਲੇ ਜਿਹੜੇ ਨਾਲ ਖਾਲੀਆਂ ਜਿਹੜੇ ਨਾਲੇ ਆ ਉਹਨਾਂ ਚ ਆ ਜਾਂਦਾ ਔਰ ਇਸ ਵੇਲੇ ਜਿਹੜੀ ਮਾਰ ਪਾਣੀ ਦੀ ਆ ਬਹੁਤ ਮਾੜੀ ਮਾਰ ਆ ਗਈ ਆ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਨਾ ਕਿ ਅੱਗ ਤੇ ਪਾਣੀ ਦੇ ਵਿੱਚ ਹੀ ਜਾਨ ਹੈ ਪਾਣੀ ਲੋਕਾਂ ਨੂੰ ਬਚਾਉਂਦਾ ਲੋਕਾਂ ਦੇ ਲਈ ਜ਼ਿੰਦਗੀ ਹੈਗਾ ਪਾਣੀ ਇਹੀ ਤੁਹਾਡੇ ਲਈ ਪ੍ਰਪੋਗ ਇਹੀ ਤੁਹਾਡੇ ਲਈ ਜਿਹੜੀ ਆ ਭਿਆਨਕ ਰੂਪ ਜਦੋਂ ਅਖਤਿਆਰ ਕਰ ਲੈਂਦਾ ਤਹਾਡੇ ਲਈ ਬੜਾ ਕੁਝ ਕਰ ਲੈ ਆਉਂਦਾ ਅੱਗ ਜੇ ਆ ਜੇ ਆਫਤ ਬਣ ਜਾਂਦੀ ਹੈ ਜੰਗਲਾਂ 'ਚ ਅੱਗ ਲੱਗੀ ਘਰਾਂ 'ਨੂੰ ਲੱਗੀ ਤਬਾਹ ਹੋ ਗਿਆ ਪਾਣੀ ਜੇ ਆ ਗਿਆ ਪਿੰਡ ਤਬਾਹ ਹੋ ਗਏ ਸਾਰਾ ਲੋਕ ਬੱਚੇ ਬੱਚੇ ਰੋ ਰਹੇ ਕਿਸੇ ਵੀਡੀਓ ਜਿਹੜੀ ਚੱਲ ਰਹੀ ਹੈ ਅੱਜ ਕੱਲ ਸੋਸ਼ਲ ਮੀਡੀਆ ਤੇ ਬੱਚਿਆਂ ਨੂੰ ਜਿਹੜੇ ਲੋਕ ਲਿਆ ਰਹੇ ਚੁੱਕ ਚੁੱਕ ਕੇ ਲਿਆ ਰਹੇ ਤੇ ਅਬਰਾਏ ਸਾਹਿਬ ਨੇ ਵਿੱਚ ਬੜਾ ਕੰਮ ਕੀਤਾ ਐਸਪੀ ਅਬਰਾਏ ਸਾਹਿਬ ਨੇ ਉਹਦੇ ਵਿੱਚ ਲੋਕਾਂ ਨੂੰ ਫੂਡ ਪਹੁੰਚਾਇਆ ਔਰ ਉਹਨਾਂ ਨੇ ਮੈਸੇਜ ਦਿੱਤਾ कि ਜਿੰਨਾਂ ਵੱਲ ਤੁਮਦ ਫੂਡ ਹੋਗਾ ਉਹ ਦਵਾਂਗੇ ਬਿਮਾਰ ਲੋਕਾਂ ਨੂੰ ਅਸੀਂ ਇਲਾਜ ਕਰਾਂਗੇ ਜਿੱਥੇ ਜਿੱਥੇ ਨਹੀਂ ਕੋਈ ਕਪੜਾ ਮਿਲ ਰਿਹਾ ਜਾਂ ਜਿੱਥੇ ਕੋਈ ਛਾਇਦਾ ਉਹ ਦਵਾਂਗੇ ਗੱਡੀਆਂ ਦਵਾਂਗੇ ਇੰਨੀ ਵੱਡੀ ਗੱਲ ਕੀਤੀ ਆ ਤੇ ਧਾਰਮਿਕ ਸੰਸਥਾ ਐਸਜੀਪੀਸੀ ਨੇ ਵੀ ਐਲਾਨ ਕਰ ਦਿੱਤਾ ਔਰ ਉਹਦੇ ਚ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਔਰ ਸੁਖਬੀਰ ਬਾਦਲ ਨੇ ਕਿ ਅਸੀਂ ਪਿੰਡਾਂ ਵਿੱਚ ਜਾ ਜਾ ਰਹੇ ਹਾਂ ਸਾਡੇ ਜਥੇ ਜਾ ਰਹੇ ਆ ਔਰ ਲੋਕਾਂ ਦੇ ਬਚਾਅ ਲਈ ਜਾ ਰਹੇ ਇਹ ਹੋਈ ਗੱਲ ਜਦੋਂ ਲੋੜ ਪੈਂਦੀ ਆ ਲੋਕ ਨਹੀਂ ਡੀ ਆ ਵੇ ਬੱਸ ਹੈਗੇ ਆ ਔਰ ਕਿਸੇ ਕੰਮ ਜੋਗ ਨਹੀਂ ਰਹੇ ਵਿਚਾਰੇ ਪਾਣੀ ਚ ਘਿਰੇ ਪਏ ਉਹਨਾਂ ਨੂੰ ਜਦੋਂ ਇਹਨਾਂ ਨੇ ਸਾਰੀ ਸਹੂਲਤਾਂ ਪਹੁੰਚਾ ਦਿੱਤੀਆਂ ਇਹਦੇ ਲਈ ਬਹੁਤ ਵੱਡੀ ਗੱਲ ਹੈ ਔਰ ਖਾਸ ਕਰਕੇ ਪੰਜਾਬ ਦੇ ਬਾਹਰ ਜਾਂਦੇ ਆ ਐਸਪੀਸੀ ਦੇ ਬਾਹਰ ਜਦੋਂ ਆਫਤ ਚ ਲੋਕ ਆਉਂਦੇ ਉਹਨਾਂ ਨੂੰ ਪੈਸੇ ਦਿੰਦੀ ਹੈ ਤੇ ਪੰਜਾਬ ਚ ਵਾਪਰੀ ਹੈ ਔਰ ਚਾਰ ਦਿਨਾਂ ਚ ਬਹੁਤ ਵੱਡੀ ਰਾਤ ਮਿਲ ਗਈ ਹੈ ਲੋਕਾਂ ਨੂੰ ਇਹਨਾਂ ਨੇ ਜਿਹੜਾ ਹੈਗਾ ਨੁਕਸਾਨ ਤੋਂ ਬਚਾ ਲਿਆ ਬਹੁਤ ਵੱਡੇ ਨੁਕਸਾਨ ਤੋਂ ਬਚਾ ਲਿਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਸੋਸ਼ਲ ਮੀਡੀਆ ਨਾਲ ਬੜਾ ਕੁਝ ਹੁੰਦਾ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਕਿ ਸੋਸ਼ਲ ਮੀਡੀਆ ਦੇ ਵਿੱਚ ਜੋ ਕੁਝ ਹੋ ਰਿਹਾ ਮਾੜਾ ਵੀ ਹੋ ਰਿਹਾ ਚੰਗਾ ਵੀ ਹੋ ਰਿਹਾ ਪਰ ਆ ਚੰਗਾ ਹੋ ਰਿਹਾ ਦੋਨੋਂ ਚੀਜ਼ਾਂ ਨੇ ਦੋਵੇਂ ਚੀਜ਼ਾਂ ਨੈਗੇਟਿਵ ਹੋ ਜਾਂਦੀਆਂ ਨੇ ਕਿਉਂਕਿ ਜਾਗਰੂਕ ਕਰਨ ਵਾਸਤੇ ਅਸੀਂ ਕਰ ਸਕਦੇ ਹਾਂ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖੇਤਰ ਦੇ ਵਿੱਚ ਅੱਗੇ ਆਈ ਹੈ ਆਹ ਔਰ ਲੰਗਰ ਲਾਏ ਗਏ ਨੇ ਔਰ ਲੋਕਾਂ ਨੂੰ ਰਹਿਣ ਵਾਸਤੇ ਸਹੂਲਤ ਦਿੱਤੀ ਆ ਨਾਲ ਮੈਡੀਕਲ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਤੇ ਉਥੇ ਧਾਮੀ ਸਾਹਿਬ ਵੀ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਦੇ ذریعے ਸਾਡੀ ਇਸ ਕੋਸ਼ਿਸ਼ ਨੂੰ ਥਾਂ-ਥਾਂ ਤੇ ਫੈਲਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਹ ਸਾਨੂੰ ਸੰਪਰਕ ਕਰਨ ਅਸੀਂ ਜੋ ਵੀ ਉਹਨਾਂ ਦੀ ਮਦਦ ਕਰ ਸਕਾਂਗੇ ਜ਼ਰੂਰ ਕਰਾਂਗੇ ਇਧਰੋਂ ਸਰਬੱਤ ਦਾ ਭਲਾ ٹرسٹ ਵੱਲੋਂ ਵੀ ਅਬਰਾਇ ਸਾਹਿਬ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਵੀ ਹੁਣ ਸਭ ਤੋਂ ਪਹਿਲਾਂ ਖਾਣੇ ਦੀ ਲੋੜ ਹੈ ਪਹਿਲਾਂ ਲੰਗਰ ਲਗਾਏ ਜਾਣ ਤਾਂ ਕਿ ਲੋਕਾਂ ਤੱਕ ਖਾਣਾ ਪਹੁੰਚਾਇਆ ਜਾਵੇ ਉਸ ਤੋਂ ਬਾਅਦ ਜਦੋਂ ਆਫਤ ਖਤਮ ਹੁੰਦੀ ਪਾਣੀ ਉਤਰਦਾ ਫਿਰ ਉਸ ਤੋਂ ਬਾਅਦ ਜਿੱਦਾਂ ਦੀ ਸਹਾਇਤਾ ਦੀ ਲੋੜ ਹੈ ਉਹਦੇ ਵਾਸਤੇ ਅਸੀਂ ਅੱਗੇ ਆਵਾਂਗੇ ਕੁੱਲ ਮਿਲਾ ਕੇ ਕੀ ਹੈ ਕਿ ਲੋਕ ਜਿਹੜੇ ਨੇ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮੇ ਹੋ ਜਾਂਦੇ ਨੇ ਔਰ ਪੰਜਾਬੀਆਂ ਦੇ ਵਿੱਚ ਇਹ ਖਾਸੀਅਤ ਹੈ ਦੁਨੀਆ ਦੇ ਵਿੱਚ ਜਿੱਥੇ ਵੀ ਨੇ ਉੱਥੇ ਜਾ ਕੇ ਗੁਰੂ ਸਾਹਿਬ ਦਾ ਲੰਗਰ ਵੀ ਲਗਾਉਣਗੇ ਸਹਾਇਤਾ ਵੀ ਕਰਨਗੇ ਹਾਂ ਸੋ ਅੱਜ ਵੀ ਇਹ ਸਥਿਤੀ ਬਣੀ ਹੋਈ ਹੈ ਔਰ ਲੋਕ ਇੱਕ ਦੂਜੇ ਦਾ ਸਹਾਇਤਾ ਵੀ ਕਰ ਰਹੇ ਨੇ ਔਰ ਅਸੀਂ ਇਹ ਵੀ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪੁਲਿਸ ਵਾਲੇ ਵਿਦ ਯੂਨੀਫਾਰਮ ਪੂਰੀ ਯੂਨੀਫਾਰਮ ਪਾਈ ਹੋ ਤੇ ਕਿਦਾਂ ਪਾਣੀ ਚ ਤੁਰੇ ਫਿਰਦੇ ਨੇ ਲੋਕਾਂ ਦੀ ਸਹਾਇਤਾ ਕਰਦੇ ਪਏ ਨੇ ਬਈ ਆਫੀਸਰ ਗ੍ਰੇਡ ਦੇ ਲੋਕ ਵੀ ਇੱਧਾ ਤੁਰੇ ਫਿਰਦੇ ਨੇ ਔਰ ਸੈਲੂਟ ਹੈ ਇਹਨਾਂ ਸਾਰਿਆਂ ਦੀ ਮਿਹਨਤ ਨੂੰ ਜੋ ਇਸ ਔਖੀ ਘੜੀ ਦੇ ਵਿੱਚ ਗੁਰੂ ਜੀ ਦਾ ਸਾਥ ਦਿੰਦੇ ਪਏ ਨੇ ਬਾਕੀ ਕੁਦਰਤ ਦਾ ਪ੍ਰਕੋਪ ਹੈ ਔਰ ਇਨਸਾਨ ਦੀਆਂ ਗਲਤੀਆਂ ਨੇ ਔਰ ਇਨਸਾਨ ਜੋ ਕੁਦਰਤ ਨਾਲ ਛੇੜਖਾਹੀ ਕਰਦਾ ਕਿਉਂਕਿ ਪਾਣੀ ਨੇ ਉੱਚੇ ਤੋਂ ਨੀਵੇਂ ਵੱਲ ਵਹਿਣਾ ਹੀ ਵਹਿਣਾ ਹੈ ਜਿਹੜੇ ਪਿੰਡ ਨੀਵੇਂ ਇਲਾਕੇ ਚ ਨੇ ਉੱਥੇ ਵੀ ਅਲਰਟ ਜਾਰੀ ਕੀਤਾ ਗਿਆ ਕਿ ਜੇ ਪਾਣੀ ਦਾ ਤੁਹਾਨੂੰ ਕਿਤੇ ਵੀ ਖਤਰਾ ਲੱਗੇ ਸੰਪਰਕ ਕਰੋ ਹਾਲਾਂਕਿ ਗਵਰਨਮੈਂਟ ਵੱਲੋਂ ਵੀ ਸਾਰੀਆਂ ਜਿਹੜੀਆਂ ਟੀਮਸ ਨੇ ਫੌ ਉਹ ਲੱਗੀ ਹੋਈ ਹੈ ਤਣਾਤ ਹੈ ਔਰ ਨਾਰਥ ਇੰਡੀਆ ਦੇ ਵਿੱਚ ਵੀ ਤਣਾਤ ਹੈ ਔਰ ਕੁੱਲ ਮਿਲਾ ਕੇ ਸਾਰੀ ਸਹਾਇਤਾ ਹੋ ਰਹੀ ਹੈ ਮੇਨ ਗੱਲ ਇਹ ਹੈ ਕਿ ਪਹਾੜਾਂ ਦੇ ਪਾਣੀ ਜ਼ਿਆਦਾ ਪੈ ਰਿਆ ਜ਼ਿਆਦਾ ਬਾਰਿਸ਼ ਹੋ ਰਹੀ ਔਰ ਸਾਰਾ ਪਾਣੀ ਰੁੜ ਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਚ ਆਉਂਦਾ ਪਿਆ ਹੂੰ ਸੋ ਆਪਾਂ ਅੱਗੇ ਵਧਿਏ ਜੀ ਈਡੀ ਤੇ ਸੀਬੀਆਈ ਦੇ ਡਾਇਰੈਕਟਰਸ ਦਾ ਜਿਹੜਾ ਟਾਈਮ ਦਾ ਐਕਸਟੈਂਸ਼ਨ ਹੈ ਉਹ ਹੋਰ ਬਤਾ ਦਿੱਤੀ ਗਈ ਹੈ ਉਹਨਾਂ ਦਾ ਜਿਹੜਾ ਪੀਰੀਅਡ ਹੈ ਜੌਬ ਦਾ ਉਹਨਾਂ ਦਾ ਜਿਹੜਾ ਪੀਰੀਅਡ ਹੈ ਉੱਥੇ ਸਰਕਾਰ ਚ ਬਣੇ ਰਹਿਣ ਦਾ ਸੱਤਾ ਚ ਬਣੇ ਰਹਿਣ ਦਾ ਜੌਬ ਚ ਬਣੇ ਰਹਿਣ ਦਾ ਉਹਨਾਂ ਦਾ ਕਾਰਜਕਾਲ ਉਹ ਬਤਾ ਦਿੱਤਾ ਗਿਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਗੈਰ ਕਾਨੂੰਨੀ ਹੈ ਅਵੈਦ ਹੈ ਇਹਦੇ ਉੱਤੇ ਚਰਚਾ ਚੱਲ ਰਹੀ ਹੈ ਹਾਂ ਇਹ ਮਸਲਾ ਬੜੀ ਧੇਰ ਦਾ ਚੱਲ ਰਿਹਾ ਸੀ ਲੋਕਾਂ ਨੂੰ ਪਤਾ ਸਾਰਿਆਂ ਨੂੰ ਕਿ ਇਹ ਕਿਉਂ ਵਧਾ ਰਹੇ ਆ ਔਰ ਇਹਦੇ ਵਿੱਚ ਜਦੋਂ ਪਹਿਲੋਂ 2006 'ਚ ਵਧਾਇਆ ਫਿਰ 19 'ਚ ਵਧਾਇਆ ਫਿਰ 2 ਸਾਲ ਤੋਂ ਬਾਅਦ 3 ਕਰ ਦਿੱਤਾ ਫਿਰ 5 ਕਰ ਦਿੱਤਾ ਹੁਣ ਐਸ ਵੇਲੇ ਇਹਨੂੰ ਜਿਹੜਾ ਸੁਪਰੀਮ ਕੋਰਟ ਨੇ ਅਬੈਦ ਕਹਿ ਕੇ ਉਹਨੂੰ ਰੋਕ ਲਾ ਦਿੱਤੀ ਉਹਦੇ ਤੇ ਉਹਨਾਂ ਨੇ ਰੋਕ ਲਿਆ ਸੁਪਰੀਮ ਕੋਰਟ ਨੇ ਔਰ ਇਹਦੀ ਜਿਹੜਾ ਸਰਾਹਨਾ ਕੀਤੀ ਹੈ ਕਾਂਗਰਸ ਨੇ ਕੀਤੀ ਹੈ ਕਿ ਸੁਪਰੀਮ ਕੋਰਟ ਨੇ ਐਸੇ ਬੜਾ ਵਾਜਬ ਔਰ ਬੜਾ ਟੁਕਵਾ ਫੈਸਲਾ ਦੇ ਕੇ ਲੋਕਾਂ ਦੇ ਲਈ ਜਿਹੜੀ ਆ ਰਾਹਤ ਪੈਦਾ ਕਰ ਦਿੱਤੀ ਹੈ ਕਿ ਇੱਕ ਬੰਦਾ ਕੁਰਸੀ ਤੇ ਬੈਠਾ ਰਹੇ ਔਰ ਉਹ ਲੋਕਾਂ ਨੂੰ ਮੈਂਟਲੀ ਟਾਰਚਰ ਕਰੇ ਔਰ ਉਹਦੇ ਵਿੱਚ ਪੈਸਾ ਪੈਸਾ ਕਰਕੇ ਲੁੱਟ ਕੇ ਲੈ ਗਿਆ ਲੈ ਗਿਆ ਦੂਸਰੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਮੁੰਡੇ ਨੇ ਕੁੜੀਆਂ ਆਵਾਂ ਜਿਹੜੇ ਆਈਐਸ ਆਈਪੀਐਸ ਕਰਕੇ ਬੈਠੇ ਆ ਉਹ ਸਿਨਿਓਰਿਟੀ ਨਾਲ ਉਹ ਕਿਉਂ ਨਹੀਂ ਆ ਰਹੇ ਹੁਣ ਮਿਸ਼ਰਾ ਜੀ ਬੈਠੇ ਸੀ ਉੱਤੇ ਜਿਹ ਮਿਸ਼ਰਾ ਜੀ ਆਏ ਉਹਨਾਂ ਦਾ 31 ਜੁਲਾਈ ਨੂੰ ਹੁਣ ਉਹਨਾਂ ਨੇ ਕਿਹਾ ਤਾਂ ਕਿ ਇਸ ਅਹੁਦੇ ਤੋਂ ਜਿਹੜਾ ਹੈ ਗਿਆ ਰਿਟਾਇਰ ਹੋ ਜਾਣਗੇ ਨਹੀਂ ਉਹਦੇ ਤੇ ਆਉਣਗੇ ਦੁਬਾਰਾ ਔਰ ਉਹਦੇ ਵਿੱਚ ਬਾਕੀ ਜਿਹੜੇ ਪੋਸਟਾਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਰੋਕ ਲਾ ਦਿੱਤੀ ਕਿ ਜਿਹੜੇ ਜਿਹੜੇ ਵੀ ਲੋਕਾਂ ਦੇ ਲਈ ਇਹਨਾਂ ਨੇ ਮਿਆਦ ਵਧਾਈ ਸੀ 5 ਸਾਲ ਕਰਤੀ ਤਿੰਨ ਤੋਂ ਪੰਜ ਉਹ ਨਹੀਂ ਕਰੂਗੀ ਸੁਪਰੀਮ ਕੋਰਟ ਨੇ ਆਪ ਦਖਲ ਅੰਦਾਜ਼ੀ ਕਰਕੇ ਕਰ ਦਿੱਤਾ ਇਹ ਫੈਸਲਾ ਜਿਹੜਾ ਲਿਆ ਸੀ ਕਾਰਜਕਾਲ ਵਧਾਉਣ ਦਾ ਕਿ ਜਿਹੜਾ ਐਸ ਲਈ ਕੇਂਦਰੀ ਸਰਕਾਰ ਆ ਉਹਨੇ ਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਬੰਦੇ ਜਿਹੜੇ ਹੈਗੇ ਆ ਕਰਨਗੇ ਸਾਰਾ ਫੈਸਲਾ ਤੇ ਇਹ ਹੀ ਕਰਨਗੇ ਜਿਸ ਦੇ ਵਿੱਚ ਇਹਨਾਂ ਨੇ ਬਹੁਤ ਆਪੋਜੀਸ਼ਨ ਦੇ ਜਿਹੜੇ ਲੀਡਰ ਨੂੰ ਟਾਰਚਰ ਕੀਤਾ ਜਿਸ ਦੇ ਚਰਹਲ ਗਾਂਦੇ ਵੀ ਹੈਗਾ ਸੋਨੀਆ ਗਾਂਦੀ ਵੀ ਹੈਗੇ ਨੇ ਔਰ ਬਾਕੀ ਵੀ ਨੇਤਾ ਨੇ ਉਹਨਾਂ ਨਾਲ ਬਹੁਤ ਜੜੀ ਹੈਗੀ ਆ ਉਹ ਕੀਤਾ ਪੜਤਾਲ ਪੁਸ਼ਪਤਾਲ ਕੀਤੀ ਹੈ ਜਿਸ ਤਰ੍ਹਾਂ ਪੰਜਾਬ ਵਿੱਚ ਵਿਜੀਲੈਂਸ ਲੀਡਰਾਂ ਦੇ ਮਗਰ ਪਈ ਹੈ ਔਰ ਇਹਦੇ ਵਿੱਚ ਫੜੇ ਗਏ ਲੀਡਰ ਬੈਸਿਕ ਕਈਆਂ ਤੇ ਟੁਕੜੇ ਜਿਹੜੇ ਫੈਸਲੇ ਹੋਏ ਆ ਔਰ ਜਿਸ ਤਰ੍ਹਾਂ ਓਪੀ ਸੋਨੀ ਜਿਹੜੇ ਹੈਗੇ ਉਹ ਉਹਨਾਂ ਨੂੰ ਐਸਪਲੇ ਅਰੈਸਟ ਕੀਤਾ ਜੁਡੀਸ਼ੀਅਲ ਰਿਮਾਨ ਚੱਲ ਰਿਹਾ ਉਹਨਾਂ ਦਾ ਔਰ ਬਾਕੀ ਵੀ ਲੀਡਰ ਫੜੇ ਗਏ ਵਿਜੀਲੈਂਸ ਸੇ ਤੇ ਉਹੀ ਕੰਮ ਕਰ ਰਹੀ ਹੈ ਜਿਹੜਾ ਕਰਨਾ ਚਾਹੀਦਾ ਜਿਹੜੇ ਦੇ ਵਿੱਚ ਨੇਤਾ ਨੇ ਆਪਣੇ ਬਟੂਏ ਭਰੇ ਸੀ ਆਪਣਾ ਪੈਸਾ ਕੀਤਾ ਸੀ ਆਪਣੀ ਇਨਕਮ ਤੇ ਜਾਇਦਾਦ ਬਣਾ ਲਈ ਵੱਧ ਇਨਕਮ ਉਹਨੇ ਨਹੀਂ ਸੀ ਜਾਇਦਾਦ ਜ਼ਿਆਦਾ ਬਣਾ ਲਈ ਔਰ ਉਸ ਪੋਸਟ ਤੇ ਕਰਕੇ ਜਦੋਂ ਦਾ ਉਹ ਬੰਦਾ ਪੜਦਾ ਲਿਖਦਾ ਰਿਹਾ ਜਾਂ ਕਿਸੇ ਜੌਬ 'ਚ ਰਿਹਾ ਜਾਂ ਕੀਤਾ ਉਦੋਂ ਤਾਂ ਕੱਖ ਨਹੀਂ ਹੁੰਦੇ ਪੱਲੇ ਜਦੋਂ ਇਲੈਕਸ਼ਨ ਹੁੰਦੀ ਆ ਚੋਣ ਕਮਿਸ਼ਨ ਨੂੰ ਉਹਨਾਂ ਨੇ ਮੈਂਸ਼ਨ ਕਰਨਾ ਪੈਂਦਾ ਕਿ ਸਾਡੀ ਐਸਕੇਲੇ ਇੰਨੀ ਪ੍ਰਾਪਰਟੀ ਐ ਇੰਨੀਆਂ ਗੱਡੀਆਂ ਇੰਨਾ ਖਰਚ ਇੰਨਾ ਕੁਝ ਉਦੋਂ ਬਾਅਦ ਪੰਜਾਂ ਸਾਲਾਂ 'ਚ ਕਿਉਂ 10 ਗੁਣਾ 20 ਗੁਣਾ ਵੱਧ ਜਾਂਦੀ ਹੈ ਕਿੱਥੋਂ ਆਉਂਦਾ ਪੈਸਾ ਸਮਾਨ ਤੋਂ ਤਾਂ ਡਿੱਗਦਾ ਨਹੀਂ ਰੁੱਖਾਂ ਨੂੰ ਤਾਂ ਡਾਲਰ ਤੇ ਪੈਸੇ ਲੱਗਦੇ ਨਹੀਂ ਉਹ ਸਾਰੇ ਲੋਕਾਂ ਦੇ ਪੈਸੇ ਹੁੰਦੇ ਆ ਇਹੀ ਈਡੀ ਦੇ ਐਵੇਂ ਸੇ ਹੁਣ ਐਸੀ ਫੈਸਲਾ ਕੀਤਾ ਉਹਨਾਂ ਨੇ ਕਿ ਇਹਦੀ ਕਾਰਜਕਾਲ ਦੀ ਮਿਆਦ ਜਿਹੜੀ ਹੈ ਰੋਕ ਲਈ ਜਾਵੇ ਉਹ ਆਪੋਜੀਸ਼ਨ ਪਾਰਟ ਉਦੋਂ ਵਿੱਚ ਜਿਹੜੇ ਮਾਰਕਸਵਾਦੀ ਪਾਰਟੀਆਂ ਉਹਨਾਂ ਨੇ ਵੀ ਆਪਣੇ ਬਿਆਨ ਦਿੱਤੇ ਆ ਕਿ ਇਹ ਫੈਸਲੇ ਹੁੰਦੇ ਇਸ ਤਰ੍ਹਾਂ ਦੇ ਫੈਸਲੇ ਲੈਣੇ ਚਾਹੀਦੇ ਆ ਲੋਕਾਂ ਨੇ ਜਾਚ ਕਾ ਵੀ ਦਾਇਰ ਕੀਤੀ ਸੀ ਕਿ ਕਾਰਜਕਾਲ ਕਿਉਂ ਵਧਾਇਆ ਉਹਦੀ ਸੁਲਵਾਈਆਂ ਤੋਂ ਪਹਿਲਾਂ ਹੀ ਇਹਨਾਂ ਨੇ ਆਪਣਾ ਡਿਸੀਜਨ ਲੈ ਲਿਆ ਸੁਪਰੀਮ ਕੋਰਟ ਕੋ ਬਹੁਤ ਵੱਡੀ ਤਾਕਤ ਆ ਬਹੁਤ ਵੱਡੀ ਪਾਵਰ ਆ ਜੁਡੀਸ਼ੀਅਲ ਪਾਵਰ ਸਰ ਸਭ ਤੋਂ ਸੁਪਰੀਮ ਹੈ ਉਹ ਕਹਿ ਸਕਦੇ ਜੋ ਕਹਿਣਾ ਕਰਨਾ ਜੋ ਉਹਨਾਂ ਨੂੰ ਗਲਤ ਲੱਗਦਾ ਉਸੇ ਤਰ੍ਹਾਂ ਦਾ ਵਾਈ ਡੀ ਚੰਦਰ ਚੂੜੀ ਜੀ ਨੇ ਇਹਦੇ ਚੀਫ ਜਸਟਿਸ ਆ ਉਹਨਾਂ ਨੇ ਫੈਸਲਾ ਲੈ ਲਿਆ ਆਪ ਲਿਆ ਫੈਸਲਾ ਜੀ ਔਰ ਐਸੇ ਕਰਕੇ ਐਸਲੇ ਸਾਰੇ ਸੋਸ਼ਲ ਮੀਡੀਆ ਤੇ ਫੈਸਲਾ ਪੈ ਗਿਆ ਉਹਨਾਂ ਨੇ ਕਿਹਾ ਸੀਗਾ ਜੁਡੀਸ਼ਰੀ ਨੇ ਕਿ ਜਦੋਂ ਪਹਿਲਾਂ ਕੋਈ ਇਸ਼ੂ ਆਉਂਦਾ ਕੁਝ ਆਉਂਦਾ ਉਹਦੇ ਤੇ ਕਿਆ ਸਰਾਈਆਂ ਕਰਕੇ ਲੋਕਾਂ ਆਪੇ ਡਿਸੀਜਨ ਲੈ ਜਾਂਦੇ ਆ ਇਹ ਲੋਕਾਂ ਜਿਹੜੇ ਜਿੰਨੇ ਪਬਲਿਕ ਦੇ ਸੀਗਾ ਕੋਈ ਇਹਨੇ ਕਮੈਂਟਸ ਨਹੀਂ ਦਿੱਤਾ ਚੁੱਪ ਰਹੇ ਪਹਿਲਾਂ ਹੁਣ ਕਮੈਂਟਸ ਦੇ ਰਿਹਾ ਹੈਗਾ ਵਧੀਆ ਕੰਮ ਹੋ ਗਿਆ ਫੇਸਬੁਕ ਤੇ ਦੇਖੋ ਟਵਿੱਟਰ ਤੇ ਦੇਖੋ ਔਰ ਜਿੱਥੇ ਵੀ ਤੁਸੀਂ ਦੇਖ ਕੇ ਪਤਾ ਲੱਗੂਗਾ ਔਰ ਇਹ ਫੈਸਲਾ ਵਧੀਆ ਕੀਤਾ ਨੇ ਕਿਉਂਕਿ ਇਹਦੇ ਚ ਲੀਡਰੀ ਫਸਦੇ ਜਿਆਦਾ ਔਰ ਪਬਲਿਕ ਦੇ ਬਾਕੀ ਲੋਕ ਵੀ ਫਸਦੇ ਸੀ ਉਹਨਾਂ ਨੇ ਕਿਹਾ ਜਿਹੜੀ ਮਿਆਦ ਕਨਸਟੀਟਿਊਸ਼ਨ ਦੇ ਅੰਡਰ ਹੈਗੀ ਉਹੀ ਚ ਹਨ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਵੀ 5 ਸਾਲ ਹੀ ਆ ਪ੍ਰਧਾਨ ਮੰਤਰੀ ਖੁਦ 5 ਸਾਲ ਆ ਕਿ ਕੱਲ ਨੂੰ ਫਿਰ ਇਹਦੀ ਵਧਾ ਦੇਣਗੇ ਸਾਰੀਆਂ ਆਪੇ ਬੈਠੇ ਆਪ ਹੀ ਕਰ ਲੈਣਗੇ ਪ੍ਰਧਾਨ ਮੰਤਰੀ 10 ਸਾਲ ਹੋ ਗਿਆ ਰਾਸ਼ਟਰਪਤੀ ਵੀ 12 ਸਾਲ ਹੋ ਗਿਆ ਜੋ ਮਰਜ਼ੀ ਕਰ ਸਕਦੇ ਜੋ ਕੇਂਦਰ ਨਹੀਂ ਕੀਤਾ ਇਹ ਤੇ ਰੋਕ ਲਈ ਸੁਪਰੀਮ ਕੋਰਟ ਐਸੀ ਇੱਕ ਗੱਲ ਹੈ ਭਾਜਪਾ ਦੇ ਉੱਤੇ ਇਹ ਇਲਜ਼ਾਮ ਲੱਗਦਾ ਰਹਿੰਦਾ ਹੈ ਉਹਦੇ ਤੇਰਾ ਲਾਉਂਦੀਆਂ ਰਹਿੰਦੀਆਂ ਨੇ ਕਿ ਇਹ ਵੱਡੇ ਵੱਡੇ ਅਹੁਦਿਆਂ ਤੇ ਆਪਣੇ ਬੰਦਿਆਂ ਨੂੰ ਫਿਕਸ ਕਰ ਲੈਂਦੇ ਨੇ ਬਿਲਕੁਲ ਸਹੀ ਗੱਲ ਔਰ ਫਿਰ ਆਪਣੀ ਮਨਮਾਨੀ ਕਰਦੇ ਨੇ ਕਿਤੇ ਰੇਟਸ ਕਰਵਾਉਂਦੇ ਨੇ ਕਿਤੇ ਆਪਣੇ ਹੱਕ ਦੇ ਵਿੱਚ ਫੈਸਲੇ ਕਰਵਾਉਂਦੇ ਨੇ ਮਤਲਬ ਇਹ तमाम तरह ਦਾ ਇਲਜ਼ਾਮ ਲਗਾਉਂਦੀਆਂ ਰਹਿੰਦੀਆਂ ਨੇ ਵਿਰੋਧੀ ਧਿਰਾਂ ਹੋਰ ਇਹਦੇ 'ਚ ਕਿੰਨੀ ਸੱਚਾਈ ਹੈ ਇਹ ਤੇ ਅੰਦਰ ਦੇ ਜਿਹੜੇ ਲੋਕ ਨੇ ਉਹੀ ਜਾਣਦੇ ਨੇ ਕਿ ਇਹਦੇ 'ਚ ਕਿੰਨੀ ਸੱਚਾਈ ਹੈ ਪਰ ਸਾਹਮਣੇ ਜੋ ਗੱਲਾਂ ਆ ਰਹੀਆਂ ਨੇ ਐਸੀ ਜੋ ਡਿਸਕਸ ਕਰ ਰਹੇ ਆ ਜਾਂ ਜੋ ਪਬਲਿਕ ਦੇ ਵਿੱਚ ਆਮ ਤੌਰ ਤੇ ਰਾਏ ਬਣੀ ਹੋਈ ਹੈ ਉਹ ਇਹੀ ਬਣੀ ਹੋਈ ਹੈ ਕਿ ਇਹਦੇ ਉੱਤੇ ਆਬਜੈਕਸ਼ਨ ਕੀਤਾ ਗਿਆ ਕਿ ਇਹ ਅਵੈਦ ਹੈ ਹਾਂ ਸੋ ਆਪਾਂ ਅੱਗੇ ਵਧਦੇ ਹਾਂ ਹੂੰ ਪਾਚਪਾ ਚੋਣਾ ਵਿੱਚ ਛੋਟੇ ਪਾਈਵਾਲ ਦੀ ਭੂਮਿਕਾ ਨਹੀਂ ਨਿਭਾਏਗੀ ਇਹ ਜਾਖੜ ਸਾਹਿਬ ਨੇ ਕਿਹਾ ਕਿਉਂਕਿ ਪੰਜਾਬ ਦੇ ਵਿੱਚ ਹੁਣੋ ਸੂਬਾ ਪ੍ਰਧਾਨ ਬਣਾਏ ਜਾ ਚੁੱਕੇ ਨੇ বিজেপি ਦੇ ਕਾਂਗਰਸ ਤੋਂ ਸ਼ਿਫਟ ਹੋ ਕੇ ਉੱਧਰ ਗਏ ਤੇ ਉੱਧਰ ਜਾ ਕੇ ਉਹਨਾਂ ਨੂੰ ਇਹ ਅਹੁਦਾ ਦਿੱਤਾ ਹੈ ਐਪਰੀਸिएशन ਮਿਲੀ ਐਪਰੀਸिएशन ਅਵਾਰਡ ਹੈ ਉਹਨਾਂ ਵਾਸਤੇ ਕਿ ਉਹ ਸੂਬੇ ਦੇ ਪ੍ਰਧਾਨ ਨੇ ਔਰ বিজেপি ਚਾਹੇਗੀ ਕਿ ਕੈਪਟਨ ਸਾਹਿਬ ਦਾ ਤੇ ਜਾਖੜ ਸਾਹਿਬ ਦਾ ਜਿਹੜਾ ਤਜਰਬਾ ਹੈ ਲੰਮਾ ਰਾਜਨੀਤੀ ਦਾ ਉਸ ਨੂੰ ਇਸ 바ਰ ਇਲੈਕਸ਼ਨਸ ਦੇ ਵਿੱਚ ਇਸਤੇਮਾਲ ਕਰੇ ਸੋ ਇਸ ਕਰਕੇ ਭਾਜਪਾ ਜਿਹੜੀ ਹੈ ਉਹ ਛੋਟਾ ਭਾਈਵਾਲ ਨਹੀਂ ਬਣ ਸਕਦੀ ਔਰ ਆਪਣੇ ਦਮ ਦੇ ਉੱਤੇ ਇਲੈਕਸ਼ਨਸ ਲੜਨ ਦੀ ਕੋਸ਼ਿਸ਼ ਕਰ ਰਹੀ ਹੈ ਪਿਛਲੇ ਦੋ ਤਿੰਨ ਦਹਾਕਿਆਂ ਚ ਅਕਾਲੀ ਦਲ ਨਾਲ ਇਹਨਾਂ ਨੇ ਰਲ ਕੇ ਚੋਣਾਂ ਲੜੀਆਂ ਉਹਦੇ ਵਿੱਚ ਕੁਝ ਤਾਂ ਮੰਤਰੀ ਰਹੇ ਵੀ ਇਹਨਾਂ ਦੇ ਔਰ ਹੁਣ ਤੱਕ ਜਿੰਦਾ ਵੀ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਆ ਔਰ ਉਹਦੇ ਵਿੱਚੋਂ ਉਪ ਮੁੱਖ ਮੰਤਰੀ ਸਗਵੀਰ ਬਾਦਲ ਜੀ ਰਹੇ ਆ ਔਰ ਉਹਦੇ ਵਿੱਚ ਜਿਹੜੀ ਕਾਂਗਰਸ ਤੇ ਦੋਹਾਂ ਦੀ ਟੱਕਰ ਹੁੰਦੀ ਸੀ ਕਾਂਗਰਸ ਤੇ ਅਕਾਲੀ ਦਲ ਤੇਜੀ ਪਾਰਟੀ ਭਾਜਪਾ ਹੁੰਦੀ ਸੀ ਪਰ ਜੇ ਵੋਟਰ ਬੈਂਕ ਦੀ ਗੱਲ ਕਰੀਏ ਤੇ ਇਹਨਾਂ ਦੀ ਵੋਟ ਸ਼ਹਿਰੀ ਵੋਟ ਅਰਬਨ ਵੋਟ ਦਾ ਬਹੁਤ ਸੀਗੀ ਔਰ ਪਿੰਡਾਂ ਦੇ ਵਿੱਚ ਅਕਾਲੀ ਦਲ ਬੈਠਾ ਸੀ ਪਰ ਹੁਣ ਨਖੇੜਾ ਕਰ ਦਿੱਤਾ ਜਦੋਂ ਦੇ ਜਾਖੜ ਸਾਹਿਬ ਆ ਗਏ ਉਹਨਾਂ ਨੇ ਕੱਲ ਸੰਬੋਧਨ ਕਰਦੇ ਲੋਕਾਂ ਨੂੰ ਕਹਿਤਾ ਕਿ ਅਸੀਂ ਛੋਟੇ ਭਾਈਵਾਲ ਮਤਲਬ ਛੋਟਾ ਭਰਾ ਬਣ ਕੇ ਨਹੀਂ ਰਵਾਂਗੇ ਆਪਣੇ ਦਮ ਤੇ ਇਲੈਕਸ਼ਨ ਲੜਾਂਗੇ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਲੋਕ ਸਭਾ ਦੀ ਅਸੀਂ 13 ਦੀਆਂ 13 ਸੀਟਾਂ ਤੇ ਆਪਣੇ ਕੈਂਡੀਡੇਟ ਬਿਠਾਵਾਂਗੇ ਲੋਕ ਸਭਾ ਦੇ ਵਿੱਚ ਔਰ ਆਉਣ ਵਾਲੀਆਂ ਜਿਹੜੀਆਂ ਉਸਮਾਦ ਵਿਧਾਨ ਸਭਾ ਦੀਆਂ ਅਸ 117 ਸੀਟਾਂ ਨੇ ਉਹਦੇ ਵਿੱਚ ਵੀ ਅਸੀਂ ਉਸੇ ਤਰੀਕੇ ਨਾਲ ਲੜਾਂਗੇ ਜਿਸ ਤਰ੍ਹਾਂ ਅਸੀਂ ਇੱਕ ਪਾਰਟੀ ਦਾ ਦਮ ਹੁੰਦਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਪਹਿਲੋਂ ਇਲੈਕਸ਼ਨ ਭਾਜਪਾ ਲੜਦੀ ਰਹੀ ਹੈ ਔਰ ਉਹਦੇ ਵਿੱਚ ਜਿਹੜੀ ਗਿਣਤੀ ਘਟ ਸੀ ਇਹਨਾਂ ਦੇ ਮੰਤਰੀਆਂ ਦੀ ਔਰ ਜ਼ਿਆਦਾਤਰ ਮੰਤਰੀ ਅਕਾਲੀ ਦਲ ਦੇ ਹੁੰਦੇ ਸੀਗੇ ਔਰ ਇਹਨਾਂ ਨੂੰ ਉਹਨਾਂ ਕੀ ਹਿੱਸਾ ਦਿੱਤਾ ਜਾਂਦਾ ਸੀਗਾ ਜਿੰਨੇ ਕਿ ਇਹਨਾਂ ਨੇ ਇਲੈਕਸ਼ਨ ਦੇ ਕੈਂਡੀਡੇਟ ਦੇ ਤੌਰ ਤੇ ਲੜੀ ਆ ਉਹਨਾਂ ਨੂੰ ਐਮਐਲਏ ਦੇ ਤੌਰ ਤੇ ਰਹਿੰਦੇ ਸੀ ਮੰਤਰੀਬਾਤ ਘਟ ਬਣਾਉਂਦੇ ਸੀ ਇਸ ਰੋਸ ਨਾਲ ਐਤਕੀ ਇਹਨਾਂ ਦੀ ਗੱਲ ਵਕੜੀ ਨਹੀਂ ਪਏਗੀ ਇਹ ਕਰ ਇਹਨਾਂ ਨੇ ਨਿਖੇੜਾ ਕਰ ਦਿੱਤਾ ਕਿ ਅਕਤੂਗਿਆਸੀ ਇਹਨਾਂ ਨਾਲ ਨਹੀਂ ਲੜਾਂਗੇ ਜਦੋਂ ਕਿ ਅਕਾਲੀ ਦਲ ਨੇ ਤੇ ਪਹਿਲਾਂ ਗੱਠਜੋੜ ਬਣਾਇਆ ਪੀਐਸਪੀ ਨਾਲ ਉਹਨਾਂ ਦਾ ਗੱਠਜੋੜ ਹੈਗਾ ਮਾਇਆਵਤੀ ਜੀ ਨਾਲ ਉਹਨਾਂ ਦਾ ਸਮਝਾਤਾ ਹੋ ਗਿਆ ਵਾ ਪਰ ਉਹ ਬਹੁਤਾ ਸਕਸੈਸਫੁਲ ਨਹੀਂ ਰਿਹਾ ਆਉਣ ਵਾਲੀ ਜਿਹੜੀ ਪਿੱਛੇ ਇਲੈਕਸ਼ਨ ਹੋ ਗਈ ਆ ਉਹਦੇ ਵਿੱਚ ਜਿਹੜੀ ਹੈਗੀ ਭਾਰੂ ਤਾਂ ਜਿਹੜੀ ਆ ਪਾਰਟੀ ਆਪ ਹੀ ਰਹੀ ਆ ਔਰ ਇਹ ਪਾਰਟੀ ਜਿਹੜੀ ਆ ਉਦੋਂ ਦੋ ਤਿੰਨ ਸੀਟਾਂ ਤੱਕ ਹੀ ਰਹੀ ਜਮਾਦੂਦ ਹੁਣ ਇਹਨਾਂ ਨੂੰ ਥੋੜਾ ਜਿਹਾ ਚਾਨਣ ਹੋ ਗਿਆ ਕਿ ਅਸੀਂ ਕੀ ਗਲਤੀ ਕੀਤੀ ਆ ਔਰ ਲੋਕ ਕਿਸ ਗੱਲੋਂ ਨਾਰਾਜ਼ ਨੇ ਲੋਕ ਕਿਉਂ ਨਹੀਂ ਸਾਨੂੰ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਇਸ ਕਰਕੇ ਇੱਕ ਹੋਰ ਕਮੇਟੀ ਦੀ ਮੀਟਿੰਗ ਸੁਖਬੀਰ ਬਾਦਲ ਛੋਟੇ ਬਾਦਲ ਨੇ ਚੰਡੀਗੜ੍ਹ ਬਠਾਈ ਸੀ ਬੁਲਾਈ ਸੀ ਉਹਦੇ ਵਿੱਚ ਔਰ ਇਹ ਚ ਬਰਿੰਦਰ ਸਿੰਘ ਭੁੰਦੜ ਸੀਗੇ ਢੀਂਡਸਾ ਸਾਹਿਬ ਸੀਗੇ ਹੋਰ ਬਾਕੀ ਮੰਤਰੀ ਜਿਹੜੇ ਪੁਰਾਣੇ ਰਹਿ ਚੁੱਕੇ ਆ ਉਹ ਸੀਗੇ ਔਰ ਯੂਥ ਅਕਾਲੀ ਦਲ ਦੇ ਨੇਤਾ ਵੀ ਆਏ ਉਹਦੇ ਵਿੱਚ ਉਹਨਾਂ ਨੇ ਸਾਰੀ ਲੰਬੀ ਗੱਲ ਕੇ ਅਸੀਂ ਕਿਉਂ ਨਹੀਂ ਦੁਬਾਰਾ ਜਿੱਤ ਪ੍ਰਾਪਤ ਕਰ ਸਕੇ ਕਿਉਂ ਨਹੀਂ ਸਾਡੇ ਕੋਲ ਕੀ ਗਲਤੀਆਂ ਹੋ ਗਈਆਂ ਹੁਣ ਇੱਥੇ ਜਿਹੜਾ ਵੀ ਪਰਚੋਲ ਪੜਤਾਲ ਹੋਈ ਹੈ ਉਹਦਾ ਜਵਾਬ ਖਰਾ ਜਵਾਬ ਦਿੱਤਾ ਇਹਨਾਂ ਨੇ ਉੱਥੇ ਗੱਲ ਬਣਾਈ ਸੀ ਕਿ ਅਸੀਂ ਸ਼ਾਇਦ ਭਾਜਪਾ ਨਾਲ ਆਪਸੀ ਜਿਹੜਾ ਗੱਠਮੰਦਨ ਬਣਾ ਰਹੀ ਹੈ ਪਰ ਉਹਦੇ ਤੇ ਉਹਨਾਂ ਨੇ ਕਹਿਤਾ ਵੀ ਨਹੀਂ ਭਾਜਪਾ ਨੇ ਤਾਂ ਸਾਫ ਜਿਹੜਾ ਨਾ ਕਰ ਦਿੱਤੀ ਆ ਜੀ ਹੁਣ ਆਪਾਂ ਇਹ ਵੇਖਣਾ ਹੈਗਾ ਕਿ ਜਿੱਦਾਂ ਆਪਾਂ ਗੱਲ ਕਰਦੇ ਨੇ ਕਿ ਸਿੱਟਾ ਕਿੱਥੇ ਆ ਕੇ ਨਿਬੜਦਾ ਕਿ ਲੋਕ ਕੀ ਕਹਿਣਗੇ ਲੋਕ ਕੀ ਵੇਖਣਗੇ ਵੀ ਇਹਨਾਂ ਨੇ ਕੀ ਕਾਰਨਾਮੇ ਕੀਤੇ ਆ ਕੀ ਕੰਮ ਕੀਤਾ ਲੋਕਾਂ ਦੇ ਲਈ ਜਿਹੜੀਆਂ ਕੰਮ ਕੀਤੇ ਆ ਜਿਹੜੇ ਵੈਲਫੇਅਰ ਦੇ ਕੰਮ ਆ ਜਿਹਦੇ ਵਿੱਚ ਲੋਕਾਂ ਦੇ ਵਿਕਾਸ ਕਾਰਜ ਕੀਤੇ ਆ ਪਿੰਡਾਂ ਦੇ ਜਿਹੜੇ ਡਵੈਲਪਮੈਂਟ ਦੇ ਕੰਮ ਕੀਤੇ ਉਹ ਕਿੰਨੇ ਕਿ ਜ਼ਿਆਦਾ ਕੀਤੇ ਆ ਔਰ ਦੂਜੀਆਂ ਪਾਰਟੀਆਂ ਕਿੱਥੇ ਰਹੀਆਂ ਮੌਜੂਦਾ ਪਾਰਟੀ ਨੇ ਤਾਂ ਜੇ 1 ਸਾਲ ਤੱਕ ਕੀ ਕੰਮ ਕੀਤਾ ਹੈ ਅਦਾ ਤੱਕ ਕੀ ਹੈਗਾ ਇਹ ਤਾਂ ਅੱਗੇ ਤੱਕ ਵੇਖਿਆ ਜਾਊਗਾ ਪਰ ਜਿਹੜੀ ਵੀ ਪੋਸ਼ਚਪੜਤਾਲ ਜਿਹੜਾ ਵੀ ਪ੍ਰਤੀਕਿਰਿਆ ਹੋਣੀ ਹੈ ਇਹਨਾਂ ਦੋ ਪਾਰਟੀਆਂ ਤੋਂ ਲਗੇ ਬੀਜੇਪੀ ਔਰ ਅਕਾਲੀ ਦਲ ਤੇ ਜੀ ਕਾਂਗਰਸ ਜਿਨ੍ਹਾਂ ਤੋਂ ਬਿਲਕੁਲ ਹੋਣੀ ਹੈ ਜੀ ਜੀ ਔਰ ਆਪਾਂ ਅਕਸਰ ਗੱਲ ਕਰਦੇ ਆ ਕਿ ਪਿੰਡਾਂ ਵਿੱਚ ਬੀਜੇਪੀ ਦੀ ਪਕੜ ਇਹ ਨਹੀਂ ਹੈਗੀ ਇਸਾਨ ਅੰਦੋਲਨ ਤੋਂ ਬਾਅਦ ਭਾਜਪਾ ਨੂੰ ਪਸੰਦ ਨਹੀਂ ਕੀਤਾ ਜਾਂਦਾ ਪਿੰਡਾਂ ਦੇ ਵਿੱਚ ਅਕਾਲੀ ਦਲ ਨੇ ਇਸੇ ਕਰਕੇ ਹੀ ਘੱਟ ਜੋੜ ਤੋੜ ਦਿੱਤਾ ਕਿ ਉਹਨਾਂ ਦੀ ਸਾਖ ਉਹਨਾਂ ਦੀ ਗਰਾਊਂਡ ਜਿਹੜੀ ਪਿੰਡਾਂ 'ਚ ਬਣੀ ਹੋਈ ਹੈ ਉਹ ਖਤਮ ਨਾ ਹੋ ਜਾਵੇ ਕਿਉਂਕਿ ਅਸੀਂ ਦੇਖਦੇ ਹਾਂ ਜਿਹੜਾ ਅਕਾਲੀ ਦਲ ਹੈ ਹੈਗੀ ਤਾਂ ਰਿਜਨਲ ਪਾਰਟੀ ਹੈ ਨਾ ਸੂਬੇ ਦੀ ਪਾਰਟੀ ਹੈ ਤਾਂ ਇਸ ਕਰਕੇ ਇਸ ਗੱਲ ਵੱਲ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਹੋਰ ਕੋਈ ਸੂਬੇ ਦੀ ਪਾਰਟੀ ਹੈ ਨਹੀਂ ਲੋਕਾਂ ਨੂੰ ਬਹੁਤ ਵਿਸ਼ਵਾਸ ਹੈ ਲੋਕਾਂ ਨੂੰ ਬਹੁਤ ਉਮੀਦਾਂ ਨੇ ਸੁਖਬੀਰ ਬਾਦਲ ਜੀ ਨੂੰ ਬਹੁਤ ਮਿਹਨਤ ਕਰਨੀ ਪੈਗੀ ਮੁੜ ਕੇ ਵਿਸ਼ਵਾਸ ਜਿੱਤਣ ਵਾਸਤੇ ਕਿਉਂਕਿ ਵਿਸ਼ਵਾਸ ਟੁੱਟ ਚੁੱਕਾ ਹੈ ਲੋਕਾਂ ਦਾ ਔਰ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਤਾਂ ਹੁਣ ਬਹੁਤ ਦੁੱਗਣੀ ਤਿਗਣੀ ਮਿਹਨਤ ਕਰਨੀ ਪੈਣੀ ਹੈ ਉਸ ਟਰੈਕ ਤੇ ਆਣ ਮਾਰਨ ਲਈ ਇਹ ਗੱਲ ਸਹੀ ਕਿਉਂਕਿ ਲੋਕਾਂ ਨੇ ਨਾ ਇਹ ਗੱਲ ਡਿਕਲੇਅਰ ਕਰ ਦਿੱਤੀ ਹੈ ਕਿ ਜੋ ਪੰਥ ਦੀਆਂ ਲੀਹਾਂ ਦੁਬਾਰਾ ਰਿਵਾਈਵ ਕਰਨਾ ਔਖਾ ਲੱਗਦਾ ਹਾਂਜੀ ਬਾਉਂਸ ਬੈਕ ਕਰਨਾ ਮੁਸ਼ਕਲ ਲੱਗਦਾ ਹੈ ਕਿਉਂਕਿ ਜਿਵੇਂ ਪੰਥ ਦੀਆਂ ਲੀਹਾਂ ਨੇ ਪਬਲਿਕ ਇਹ ਕਹਿੰਦੀ ਹੈ ਉਹ ਟਰੈਕ ਤੋਂ ਥੱਲੇ ਉਤਰ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਬਹੁਤ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਦੀ ਸੋਚ ਦਾ ਹਿੱਸਾ ਬਣੇ ਕਿਉਂਕਿ ਇਸ ਵਕਤ ਇਹ ਪਾਰਟੀ ਲੋਕਾਂ ਦੀ ਸੋਚ ਦਾ ਹਿੱਸਾ ਨਹੀਂ ਰਹੀ ਹਾਂ ਆਪਾਂ ਅੱਗੇ ਵਧਦੇ ਹਾਂ ਜੀ ਲਖੀਮਪੁਰ ਖੀਰੀ ਕਿਸਾਨ ਹਤਿਆਕਾਂਡ ਦੇ ਦੋਸ਼ੀ ਆਸ਼ਿਸ਼ ਮਿਸ਼ਰਾ ਦੀ ਜ਼ਮਾਨਤ ਵਿੱਚ ਫੇਰ ਵਾਅਦਾ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਲੋਕ ਅੱਗੇ ਨਿਰਾਸ਼ ਨੇ ਨਰਾਜ਼ ਨੇ ਕਿ ਹਲੇ ਤੱਕ ਉਹਨਾਂ ਦੇ ਪਿਤਾ ਜੀ ਅਹੁਦੇ ਤੇ ਬੈਠੇ ਨੇ ਅਜੇ ਤੱਕ ਭਾਜਪਾ ਨੇ ਪਾਰਟੀ ਵੱਲੋਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿੱਤਾ ਉਹਨਾਂ ਦਾ ਬੇਟਾ ਇਨਵੋਲਵ ਹੈ ਔਰ ਇਹ ਐਵਿਡੈਂਸ ਕਹਿੰਦੀ ਹੈ ਜੋ ਇਸ ਵਕਤ ਮੌਜੂਦ ਹੈ ਕੋਰਟ ਦੇ ਵਿੱਚ ਵੀ ਜੋ ਗਵਾਹ ਵੀ ਕਹਿੰਦੇ ਪਏ ਨੇ ਕਿ ਕਸੂਰ ਰਿਆ ਹੈ ਕਿਉਂਕਿ ਇਹ ਗੱਡੀ ਜਾਣਬੁੱਝ ਕੇ ਚੜਾਈ ਗਈ ਬਾਕੀ ਪ੍ਰੂਫ ਕੀ ਹੁੰਦਾ ਹੈ ਉਹ ਬਾਅਦ ਦੀ ਗੱਲ ਹੈ ਫਰਸਟ ਜੋ ਇਨਫੋਰਮੇਸ਼ਨ ਇਹ ਹੀ ਦਿੱਤੀ ਜਾ ਰਹੀ ਹੈ ਔਰ ਇਸ ਵਕਤ ਜ਼ਮਾਨਤ ਦੇ ਤੇਰੇ ਦੇ ਜ਼ਮਾਨਤ ਵਿੱਚ ਵਾਦਾ ਕੀਤਾ ਗਿਆ ਹਾਂ ਅਸ਼ਿਸ਼ ਮਿਸ਼ਰਾ ਦੇ ਜਿਹੜੀ ਅਸਲ ਹੈਗੀ ਸੀ ਜ਼ਮਾਨਤ ਵਿੱਚ ਵਾਦਾ ਕਰ ਦਿੱਤਾ ਇਹਨਾਂ ਨੇ ਇਸ ਕਰਕੇ ਕਰਤਾ ਕਿ ਇਹਨਾਂ ਦੇ ਜੁਡੀਸ਼ਰੀ ਚ ਜਾਂਚ 깔 आई ਸੀ ਔਰ ਪਰਵਾਨ ਹੋ ਗਈ ਔਰ ਇਹਦੇ ਵਿੱਚ ਵੇਖੋ ਕਿੰਨਾ ਸੀਰੀਅਸ ਮਾਮਲਾ ਸੀ ਕਿੰਨੇ ਬੈਠੇ ਕਿਸਾਨਾਂ ਨੂੰ ਡਰ ਦਿੰਦਾ ਸੀ ਗੱਡੀ ਦੇ ਥਲੇ ਇਹ ਕਿੰਨਾ ਵੱਡਾ ਕੰਮ ਸੀਗਾ ਬੈਠੇ ਲੋਕ ਬਜ਼ੁਰਗ ਜਿਹੜੇ ਅੰਦੋਲਨ ਚ ਬੈਠਿਆ ਕਿਸੇ ਨਾਲ ਲੜ ਨਹੀਂ ਰਹੇ ਕੁਝ ਨਹੀਂ ਕਰ ਰਹੇ ਔਰ ਇਹ ਕਿਸ ਅਥਾਰਟੀ ਚ ਉਹਨਾਂ ਨੂੰ ਮਾਰ ਦਿੱਤਾ ਔਰ ਉਸ ਤੋਂ ਬਾਅਦ ਇਹਦੇ ਫਾਦਰ ਜਿਹੜੇ ਹਗੇ ਸੀ ਉਹ ਮਿਸ਼ਰਾ ਜੀ ਉਹ ਕੇਂਦਰੀ ਮੰਤਰੀ ਰਹੇ ਔਰ ਦੇਖ ਲਓ ਉਹਨਾਂ ਨੇ ਉਸ ਤੋਂ ਬਾਅਦ ਨਾ ਤਸਦੀਫਾ ਦਿੱਤਾ ਨਾ ਕੁਝ ਹੋਇਆ ਔਰ ਇਸ ਮੁੰਡੇ ਤੇ ਕੇਸ ਆ ਗਿਆ ਮੁੰਡੇ ਤੋਂ ਕੇਸ ਤੋਂ ਬਾਅਦ ਜੇ ਜ਼ਮਾਨਤ ਤੇ ਬਾਹਰ ਬੈਠੇ ਆ ਔਰ ਜੋ ਪਰਿਵਾਰ ਉਜੜ ਗਿਆ ਉਹਨਾਂ ਨੂੰ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦਾ ਰਾਤ ਨਹੀਂ ਮਿਲੀ ਜਾਂ ਕਿਸ ਤਰ੍ਹਾਂ ਦਾ ਕੋਈ ਉਸ ਤਰ੍ਹਾਂ ਦਾ ਪਰੋਸਾ ਨਹੀਂ ਮਿਲਿਆ ਔਰ ਇਸ ਤਰੀਕੇ ਨਾਲ ਲੋਕਾਂ ਦਾ ਜਾਂ ਜੜੀਆਂ ਸਰਕਾਰਾਂ ਨੇ ਉਹ ਪਬਲਿਕ ਨੂੰ ਕੀ ਨਿਆ ਦੇਣ ਗਿਆ ਬਿਲਕੁਸ ਬੇਨੋਂ ਬਾਨੋਂ ਦਾ ਜਿਹੜਾ ਸੀ ਕੇਸ ਉਹ ਮੁਲਤਵੀ ਹੋ ਗਿਆ ਉਹ ਕੇਸ ਅਜੇ ਫਿਰ ਉਹਦੀ ਜਾਂਚ ਕਾਸੀ ਮੁਲਤਵੀ ਕਰਤੀ ਉਹਦੀ ਸੁਣਵਾਈ ਨਹੀਂ ਹੋਈ 2002 ਦੇ ਵਿੱਚ ਜਦੋਂ ਉੱਥੇ ਤਸ਼ੱਦਦ ਹੋਇਆ ਜੋ ਤੇ ਉਹਨਾਂ ਦੇ ਪਰਿਵਾਰ ਨੂੰ ਮਾਰ ਦਿੱਤਾ ਗਿਆ ਇਹਦੇ ਤੇ 11 ਬੰਦੇ ਸੀ ਉਹਨਾਂ ਦੇ ਵਿੱਚ ਆਏ ਜਿਨ੍ਹਾਂ ਨੂੰ ਫੜਿਆ ਸੀ ਉਹ ਬਾਹਰ ਆ ਗਏ ਬੰਦੇ ਔਰ ਉਸ ਤੋਂ ਬਾਅਦ ਵੀ ਜਾਂਚ ਕਾ ਜਾ ਰਹੀ ਹੈ ਮੁਲਤਵੀ ਹੋ ਰਹੀ ਹੈ ਸਾਰਾ ਕੁਝ ਉੱਥੇ ਨਹੀਂ ਸੁਣਵਾਈ ਹੋ ਰਹੀ ਜਿਹੜਾ ਸੁਣਨ ਵਾਲਾ ਮਾਮਲਾ ਹੈਗਾ ਉਹ ਜੁਡੀਸ਼ਰੀ ਨੇ ਉਹਦੀ ਜ਼ਮਾਨਤ ਅੱਗੇ ਪਾ ਦਿੱਤੀ ਹੈ ਔਰ ਉਹ ਕਿਸਾਨ ਕਿਸਾਨਾਂ ਤੇ ਅਜੇ ਵੀ ਜਿਹੜੇ ਕੇਸ ਚੱਲ ਰਹੇ ਆ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸੀਗੇ ਜਿਹੜੇ ਦਿੱਲੀ ਜਿਹਦੇ ਲੜੇ ਆ ਜਾਂ ਜਦੋਂ ਉਹਨਾਂ ਨੇ ਕਿਸਾਨ ਅੰਦੋਲਨ ਕੀਤਾ ਉਹਨਾਂ ਦੇ ਸਾਹਮਣੇ ਆ ਗਿਆ ਉਹਨਾਂ ਦੇ ਦਿੱਲੀ ਤੋਂ ਸਾਹਮਣੇ ਆ ਗਿਆ ਕਿ ਤੁਹਾਡੇ ਅਗੇਂਸਟ ਪਰਚੇ ਦਰਜ ਹੋ ਗਏ ਔਰ ਜਿਨ੍ਹਾਂ ਦੇ ਪਰਚੇ ਦਰਜ ਹੋਇਆ ਜਿਨ੍ਹਾਂ ਤੇ ਸਾਰਾ ਕੁਝ ਹੈਗਾ ਉਹਨਾਂ ਦੀ ਜ਼ਮਾਨਤਾਂ ਮਲਤਵੀ ਹੋ ਰਹੀਆਂ ਉਹ ਅੱਗੇ ਪਾ ਦਿੱਤੀਆਂ ਗਈਆਂ ਔਰ ਇਹ ਪਤਾ ਨਹੀਂ ਲੱਗ ਰਿਹਾ ਕਿ ਕੀ ਕੁਝ ਹੁੰਦਾ ਤੇ ਕਿਉਂ ਹੁੰਦਾ ਇਹਦੇ ਪਿੱਛੇ ਰਾਜ ਲੀਤੀ ਆ ਇਹਦੇ ਪਿੱਛੇ ਤੁਹਾਡੀ ਪਾਵਰ ਆ ਇਹਦੇ ਪਿੱਛੇ ਤੁਹਾਡੀ ਸਰਕਾਰ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਜਿਹੜੀ ਹੈਗਾ ਨਿਆ ਪ੍ਰਣਾਲੀ ਤੋਂ ਇਧਰ ਉਧਰ ਯਕੀਨ ਉਹਨਾਂ ਦਾ ਹੋ ਰਿਹਾ ਔਰ ਇਸੇ ਕਰਕੇ ਹੈਗਾ ਕਿ ਕੋਈ ਕੁਝ ਜਿਹੜੇ ਕਿਸੇ ਨੇ ਵਾਰਦਾਤਾਂ ਦੇ ਉਹਨਾਂ ਦੇ ਗਵਾਹ ਨਹੀਂ ਲੱਭ ਰਹੇ ਉਹਨਾਂ ਨੂੰ ਉਸੇ ਤਰ੍ਹਾਂ ਮਲਤਵੀ ਕਰਕੇ ਜਾਂ ਉਹਨਾਂ ਨੂੰ ਘਰੋ ਘਰ ਬੰਦਿਆਂ ਨੂੰ ਭੇਜ ਦਿੱਤਾ ਜਾਂਦਾ ਪੈਰੋਲ ਤੇ ਭੇਜ ਦਿੱਤਾ ਜਾਂਦਾ ਹੁਣ ਆ ਬਿਲਕੁਸਬਨ ਵਾਲੀ ਪੈਰੋਲ ਤੇ ਇਨੇ ਲੋਕ ਆ ਆਏ ਆ ਬਿਲਕੁਲ ਬਾਹਰ ਰਹਾ ਜਿਹਦੇ ਅੰਦਰ ਗਿਆ ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਔਰ ਇਹੀ ਮਸਲਾ ਆਜਲਾ ਸ਼ਿਸ਼ ਮਿਸ਼ਰਾ ਜੀ ਦਾ ਹੈਗਾ ਇਹਦੇ ਵਿੱਚ ਵੀ ਹੁਣ ਜਿਹੜੀ ਜਾਂਚ ਪ੍ਰਣਾਲੀ ਆ ਨਿਆਂਕ ਪ੍ਰਣਾਲੀ ਆ ਜੁਡੀਸ਼ਰੀਆ ਉਹਨਾਂ ਨੇ ਇਸ ਤਰੀਕੇ ਨਾਲ ਕਿਦੋਂ ਦਾ ਮਸਲਾ ਗਿਆ ਹੁਣ ਉਦੋਂ ਤੱਕ ਅਜੇ ਤੱਕ ਕੋਈ ਉਹਦਾ ਕਿਸੇ ਪਾਸੇ ਡਿਸਾਈਡ ਨਹੀਂ ਹੋਇਆ ਕਿ ਇਹਦਾ ਕੀ ਕਰਨਾ ਹੈ ਫਿਰ ਗਵਾਹ ਨਹੀਂ ਹੋਣੇ ਫਿਰ ਉਹਨਾਂ ਨੇ ਘੜੇ ਗੱਡੀ ਚੜ੍ਹ ਗਿਆ ਸਾਰਾ ਕੁਝ ਕਾਫ ਬਰੀ ਪੱਤਰਕਾਰ ਵੀ ਇਹਦੇ ਵਿੱਚ ਇਨਵੋਲਵ ਹੋਏ ਉਹਨਾਂ ਦੀ ਵੀ ਜਾਨ ਗਈ ਹੈ ਆ ਪੱਤਰਕਾਰ ਵੀ ਬਰੇ ਹਾਂਜੀ ਜੋ ਉਸ ਟੋਕੇ ਉੱਤੇ ਮੌਜੂਦ ਸੀ ਮੌਕੇ ਦੇ ਉੱਤੇ ਸੋ ਇਹ ਦੇਖਿਆ ਜਾਵੇ ਤੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਹੈ ਸਹੀ ਗੱਲ ਸੋ ਪਾਵਰ ਲੋਕਾਂ ਦੀ ਹੈ ਲੋਕਾਂ ਦੀ ਪਾਵਰ ਲੋਕਾਂ ਦੇ ਭਲੇ ਵਾਸਤੇ ਇਸਤੇਮਾਲ ਹੋਣੀ ਚਾਹੀਦੀ ਹੈ ਆਪਣੀ ਪਾਵਰ ਦਾ ਇਸਤੇਮਾਲ ਇਸ ਤਰ੍ਹਾਂ ਕਰਨਾ ਔਰ ਉਸ ਤੋਂ ਬਾਅਦ ਕਿ ਇਹ ਪਰਿਵਾਰ ਜੋ ਕੋਟੇਸ਼ਨ ਦੇ ਜਾਂਦੇ ਹਨ ਇਹ ਟੱਲ ਸਚਾਈ ਹੁੰਦੀ ਹੈ ਜਿਸ ਤਰ੍ਹਾਂ ਕਹਿੰਦੇ ਪਾਵਰ ਕਰਪਟਸ ਦਾ ਮੈਨ

ਮੈਂ ਉਹਨਾਂ ਦੇ ਨਾਲ ਭਲੇ ਦੇ ਵਾਸਤੇ ਖੜਾ ਰਵਾਂ ਕਿਉਂਕਿ ਕੁਦਰਤ ਦੇਖਦੀ ਹੈ ਕੁਦਰਤ ਇਨਸਾਫ ਕਰਦੀ ਹੈ ਤੁਸੀਂ ਬਚਪਨ ਵਿੱਚ ਅਮਰੂਦ ਤੋੜਨ ਗਏ ਸੀ ਵੈਸੇ ਮੈਂ ਤਾਂ ਜਾਂਦਾ ਹੁੰਦਾ ਸੀ ਕਈ ਵਾਰ ਦੋਸਤ ਮਾਂਝੇ ਲਾਉਂਦੇ ਹੁੰਦੇ ਸੀ ਜਿਹਨੂੰ ਕਹਿੰਦੇ ਚਲੋ ਮਾਂਝਾ ਲਾਣ ਚੱਲੀਏ ਇਹ ਅਮਰੂਦ ਬਹੁਤ ਖਾਦੇ ਹਨ ਲਾਲ ਰੰਗ ਦੇ ਵੀ ਹੁੰਦੇ ਆ ਕੱਟ ਕੇ ਜਿੰਨੇ ਚ ਖਾਂਦੇ ਜੇ ਨਾ ਲਾਲ ਰੰਗ ਦੇ ਆ ਔਰ ਇਹਦਾ ਜੂਸ ਵੀ ਬਹੁਤ ਵਧੀਆ ਬਣਦਾ ਜੇ ਤੇ ਕਾਲੀ ਮਿਰਚ ਤੇ ਮਾੜਾ ਜਿਹਾ ਲੂਣ ਲਾ ਲਓ ਨਾ ਤੇ ਤੁਸੀਂ ਜਦੋਂ ਖਾਓਗੇ ਤੁਹਾਡਾ ਤੇਜ਼ ਜ਼ੁਬਾਨ ਦਾ ਹੋਰ ਹੋ ਜਾਂਦਾ ਔਰ ਇਹ ਡਾਈਜੈਸਟ ਬਹੁਤ ਕਰਦੀ ਜੋ ਤੁਸੀਂ ਖਾਓਗੇ ਨਾ ਇਹ ਦੁਕਾਂਦੇ ਜੇ ਤੁਹਾਡੀ ਪਾਚਨ ਪ੍ਰਣਾਲੀ ਜਿਹੜੀ ਪਾਚਨ ਸ਼ਕਤੀ ਬਹੁਤ ਵਧੀਆ ਜਾਂਦੀ ਹੈ ਆਇਰਨ ਹੁੰਦਾ ਆਇਰਨ ਆਇਰਨ ਬਹੁਤ ਹੁੰਦਾ ਦੇਚ ਔਰ ਇਹ ਮਰੂਦਾਂ ਦਾ ਜਿਹੜਾ ਫਲ ਹੈ ਬਹੁਤ ਅੱਛਾ ਫਲ ਹੈ ਔਰ ਜਦੋਂ ਤੁਸੀਂ ਜਦੋਂ ਇਹ ਡੰਗਰਚਾਰ ਦੇ ਉਦੋਂ ਵੀ ਖਾਂਦੇ ਜਦੋਂ ਪੜਦੇ ਉਦੋਂ ਵੀ ਖਾਂਦੇ ਬਾਹਰ ਬਾਗ ਲੱਗੇ ਹੁੰਦੇ ਇਹਦੇ ਉੱਚੇ ਨਹੀਂ ਹੁੰਦੇ ਬੂਟਾ ਉੱਚਾ ਨਹੀਂ ਬਥਾ ਹੁੰਦਾ ਇਹ ਤੁਸੀਂ ਖੜੇ ਖੜੋਤੇ ਵੀ ਜੇ ਜਵਾਨ ਮੁੰਡਾ ਤੇ ਤੋੜ ਕੇ ਖਾ ਸਕਦਾ ਇਹਦੇ ਵਿੱਚ ਬਿਲਕੁਲ ਪਰ ਬਾਅਦ ਵਿੱਚ ਜਿਹੜੇ ਰਾਖੇ ਉਹ ਡੰਡੇ ਵੀ ਮਾਰਦੇ ਸੀ ਹਾਂ ਉਹ ਮਾਰ ਪੜਵਲੇ ਨੇ ਜੱਗ ਬਿਲਕੁਲ ਚੋਰੀ ਕਰਕੇ ਖਾਣ ਦਾ ਮਜ਼ਾ ਹੀ ਆਪਣਾ ਹੁੰਦਾ ਨਾਲੇ ਮੁਕਤ ਹੁੰਦੇ ਮਜ਼ਾ ਤਾਂ ਤਾਂ ਹੁੰਦਾ ਤੁਹਾਡੀ ਜੇਬ ਚੋਂ ਕੁਝ ਨਹੀਂ ਗਿਆ ਹੁੰਦਾ ਬਿਲਕੁਲ ਕਾਲਾ ਲੂਣ ਨਾਲ ਰੱਖੋ ਤੋੜੋ ਤੋ ਉਹ ਤੇ ਖਾਓ ਚੋਰੀ ਦਾ ਮਜ਼ਾ ਚੋਰੀ ਦਾ ਮਜ਼ਾ ਜਿਹੜਾ ਹੈਗਾ ਬਹੁਤ ਹੁੰਦਾ ਤੇ ਬਹੁਤ ਮਜ਼ੇਦਿ ਬਾਤ ਮੁੜ ਕੇ ਬਾਅਦ ਜਿਹੜੇ ਆ ਨਾ ਨਿਪੜੇ ਜਾਂਦੇ ਲੋਕ ਸਾਨੂੰ ਸਾਡੇ ਦਰਸ਼ਕ ਵੀ ਕਹਿਣਗੇ ਇਹ ਗੱਲਾਂ ਕਰਦੇ ਕਰਦੇ ਕਿੱਧਰ ਤੁਰ ਪਏ ਅਮਰੂਦਾਂ ਦੀ ਗੱਲ ਲੈ ਕੇ ਬਹਿ ਗਏ ਨੇ ਉਹ ਇਸ ਕਰਕੇ ਰਹਿ ਕੇ ਬਹਿ ਗਏ ਆ ਜੀ ਕਿਉਂਕਿ ਪੰਜਾਬ ਦੇ ਵਿੱਚ ਨਾ ਜਿਹੜਾ ਅਮਰੂਦਾਂ ਦੇ ਬਾਗ ਦਾ ਕਪਲਾ ਹੈ ਉਹਦੇ ਵਿੱਚ ਉਹਨੇ ਜਾਣੇ ਗ੍ਰਿਫਤਾਰ ਹੋ ਗਏ ਨੇ ਉਹਨੇ ਕਪਲਾ ਕੀ ਹੈ ਇਹ ਬਲਕਾਰ ਦੀ ਦੱਸਣਗੇ ਤੁਹਾਨੂੰ ਕਿ ਇਹ ਅਮਰੂਦ ਚੋਰੀ ਕਰਨਗੇ ਸੀ ਕਿ ਕੁਝ ਹੋਰ ਹੋਇਆ ਆ ਇਹ ਪੰਜਾਬ ਦੇ ਵਿੱਚ ਕਪਲਾ ਬਹੁਤ ਵੱਡਾ ਹੋ ਗਿਆ ਜਿੱਦੇ ਵਿੱਚ ਗਮਾੜਾ ਦੀ ਜ਼ਮੀਨ ਸੀ ਸਰਕਾਰ ਲਈ ਲਈ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਇਹ ਪਧਰੀ ਜ਼ਮੀਨ ਵਿੱਚ ਬਾਗ ਲੱਗੇ ਸੀ ਬਾਗ ਜਿਹੜੇ ਹੈਗੇ ਆ ਉਹ ਕਾਗਜ਼ਾਂ 'ਚ ਲੱਗੇ ਔਰ ਇਹਦੇ ਵਿੱਚ ਆਈਪੀਐਸ ਆਈਐਸ ਅਫੀਸਰਾਂ ਉਹਨਾਂ ਦੀ ਜਨਾਨੀਆਂ ਦੇ ਨਾਂ ਤੇ ਬਾਗ ਲੱਗੇ ਰਹੇ ਆ ਔਰ ਉਹਨਾਂ ਨੂੰ ਮੁਆਵਜ਼ਾ ਉਹਨਾਂ ਦੇ ਅਕਾਊਂਟ 'ਚ ਗਿਆ ਸਰਕਾਰ ਦਾ ਪੈਸਾ ਉਹਦੇ ਵਿੱਚ ਕਾਨੂੰਗੋ ਪਟਵਾਰੀ ਤਹਿਸੀਲਦਾਰ ਅਨਵਾਲ ਵਰਏ ਜਿਨ੍ਹਾਂ ਨੇ ਰਿਪੋਰਟਾਂ ਦਿੱਤੀਆਂ ਪੈਸਾ ਉਹਨਾਂ ਨੇ ਵੀ ਆਪਣੀ ਜੇਬਾਂ ਭਰੀਆਂ ਹਾਂ ਰੀਸੈਂਟਲੀ ਹੁਣੇ ਕਾਨੂੰਗੋ ਇੱਕ ਪਟਵਾਰੀ ਅਰੈਸਟ ਹੋ ਗਿਆ ਉਹਦੇ ਵਿੱਚ ਉਹਨਾਂ ਦੀ ਜਿਹੜੀ ਰਿਪੋਰਟ ਜਿਹੜੀ ਸੀ ਉਹ ਗਲਤ ਫੇਕ ਪਾਈ ਗਈ ਹੈ ਔਰ ਉਹਦੇ ਵਿੱਚ ਅਰਬਾਂ ਕਰਬਾਂ ਪੈਸਾ ਜਿਹੜਾ ਬਰਬਾਦ ਹੋ ਗਿਆ ਔਰ ਉਹ ਜਿਹੜਾ ਪੈਸਾ ਸੀਗਾ ਉਹ ਕਪੜੇ ਦੇ ਤੌਰ ਤੇ ਡਿਕਲੇਅਰ ਹੋ ਗਿਆ ਕਿ ਪੈਸਾ ਜਿਹੜਾ ਲੋਕਾਂ ਨੇ ਜਿਹੜੇ ਆਫੀਸਰ ਨੇ ਉਹ ਉਹਨਾਂ ਨੇ ਪੈਸਾ ਆਪਣੀ ਜੇਬਾਂ ਵਿੱਚ ਪਾਇਆ ਔਰ ਉਹ ਜਿਹੜੀ ਜ਼ਮੀਨ ਆ ਤੇ ਪਧਰੀ ਜ਼ਮੀਨ ਸੀ ਜਿਹੜਾ ਕਵਾਇਰਡ ਕੀਤੀ ਜਾਂਦੀ ਹੈ ਜਦੋਂ ਜ਼ਮੀਨ ਸਰਕਾਰ ਨੇ ਲੈ ਲਈ ਹੈ ਉਹਦੇ ਤੇ ਉਹਨਾਂ ਨੇ ਕੋਈ ਪ੍ਰੋਜੈਕਟ ਲਾਉਣਾ ਵਾ ਜਾਂ ਉਹਦੇ ਤੇ ਕੋਈ ਕੁਝ ਬਣਨਾ ਵਾ ਉਹ ਪ੍ਰੋਜੈਕਟ ਗਵਰਨਮੈਂਟ ਦਾ ਵਗਾ ਤਾਂ ਉਹਨੂੰ ਬਾਅਦ ਉਹਦੇ ਵਿੱਚ ਸਰਕਾਰੀ ਅਫੀਸਰ ਹੀ ਬੈਠੇ ਹੁੰਦੇ ਜਿਨ੍ਹਾਂ ਨੇ ਐਕਵਾਇਰ ਕਰਨੀ ਹੈ ਜਿੱਦਾਂ ਟ੍ਰੇਨ ਲੰਘ ਰਹੀ ਹੈ ਟਰੈਕ ਬਣ ਰਿਹਾ ਟਰੈਕ ਦੀ ਐਕਵਾਇਰ ਜ਼ਮੀਨ ਜਿਹੜੀ ਹੈਗੇ ਸੈਂਟਰ ਗਵਰਨਮੈਂਟ ਦਾ ਮੁਆਵਜ਼ਾ ਦੇਉਗੀ ਪੈਸਾ ਦੇ ਦਿਆ ਕਿਸਾਨ ਨੂੰ ਉਸ ਬੰਦੇ ਨੂੰ ਕੀ ਜ਼ਮੀਨ ਦੀ ਵੈਲਿਊ ਕੀ ਹੈ ਵੈਲੀ ਪਾਈ ਜਾਂਦੀ ਸੀ ਗਵਰਨਮੈਂਟ ਵੱੱਦੇ ਵੱਲੋਂ ਰੈਵਨਿਊ ਡਿਪਾਰਟਮੈਂਟ ਵੱ ਇਹ ਜਿਹੜੀਆਂ ਡਿਪਾਰਟਮੈਂਟ ਆਪ ਚਰੜਗੇ ਆਫੀਸਰ ਰਲ ਕੇ ਸਾਰਾ ਪੈਸਾ ਕਪੜੇ ਹੋ ਗਿਆ ਉਹਨਾਂ ਦੀ ਜਨਾਨੀਆਂ ਦੇ ਨਾਮ ਜਾਇਦਾਦਾਂ ਜੁੜਗੀਆਂ ਸੀ ਸਾਰੀਆਂ ਤੇ ਅਮਰੂਦਾਂ ਦੇ ਬਾਗ ਦਿਖਾਏ ਗਿਆ ਜਿਹੜਾ ਤੁਸੀਂ ਹੁਣੇ ਦੱਸਿਆ ਉਹ ਕਪੜੇ ਜਿਹੜੇ ਹੋਏ ਸੀ ਅਮਰੂਦਾਂ ਦੇ ਬਾਗ ਵਿੱਚ ਖਾ ਕੇ ਉਹਦਾ ਦੱਸ ਤਾਂ ਵੀ ਕਬੂਟਾ ਕਿੰਨੇ ਦਾ ਹੈਗਾ ਕਿੰਨਾ ਫਲ ਸੀਗਾ ਤੇ ਕਿੰਨਾ ਉਹਦਾ ਲਾਉਣ ਦਾ ਕਿੰਨਾ ਖਰਚਾ ਸੀਗਾ ਇੱਥੇ ਪਾਣੀ ਕਿੰਨਾ ਦਿੱਤਾ ਗਿਆ ਉਹ ਸਾਰਾ ਪੈਸਾ ਲਾ ਕੇ ਜੋੜ ਕੇ ਤੇ ਅਮਾਉਂਟ ਬਣਾ ਕੇ ਜੇਬਾਂ ਚ ਪਾ ਕੇ ਤੇ ਆਰਾਮ ਨਾਲ ਰਾਤ ਨੂੰ ਹੂਕ ਨਹੀਂ ਲਸੋਗੇ ਹੁਣ ਉਹਨਾਂ ਦੀ ਨੀਂਦ ਉਹੀ ਜਿਹੜੀ ਹੂਕ ਨੀਂਦ ਸੀ ਹਰਾਮ ਨੀਂਦ ਹੋਗੀ ਨਹੀਂ ਸੌਂਦੀ ਚਿੰਤਾ ਦਾ ਵੇਸ਼ਾ ਜਦੋਂ ਬਣ ਜਾਂਦਾ ਪੈਸਾ ਜਦੋਂ ਆ ਜਾਂਦਾ ਜਿਹਨਾਂ ਉਹ ਵੀ ਸੋਨੀ ਦਾ ਪੈਸਾ ਸੀ ਪਮਾਇਸ਼ ਹੋਈ ਦੀ ਸਾਰੀ ਜਾਇਦਾਦ ਦੀ ਫਿਰ ਉਹ ਕਬਰਾ ਕੇ ਉੱਥੇ ਬਿਮਾਰ ਵੀ ਹੋ ਗਿਆ ਐਡਮਿਟ ਵੀ ਆ ਹੁਣ ਪਹਿਲੋਂ ਚੱਜ ਨਾਲ ਰੋ ਪਹਿਲੋਂ ਨਾ ਪੈਸਾ ਇਹਨਾਂ ਬਰਬਾਦ ਕਰੋ ਲੋਕਾਂ ਦਾ ਇਹ ਲੋਕਾਂ ਦਾ ਪੈਸਾ ਪਬਲਿਕ ਦਾ ਪੈਸਾ ਕੱਲ ਨੂੰ ਅੱਜ ਨੂੰ ਜਿਹੜਾ ਪੈਸਾ ਗਲਤ ਐ ਕੱਲ ਨੂੰ ਤਾਂ ਬੋਲਣਾ ਹੀ ਹੈ ਜਿੱਥੇ ਵੀ ਹੈਗਾ ਕੋਈ ਪਤਾ ਲੱਗੂਗਾ ਉਹਦੇ ਬਾਰੇ ਸਾਰਾ ਕੁਝ ਹੋਊਗਾ ਹੁਣ ਜੇ ਪਤਾ ਲੱਗ ਗਿਆ ਕਿ ਜਿਹੜੇ ਸਾਫ ਕਾ ਚਰਨਜੀਤ ਸਿੰਘ ਮੁੱਖ ਮੰਤਰੀ ਰਹੇ ਉਹਨਾਂ ਦੇ ਕਿੰਨੇ ਦੋਸ਼ ਲੱਗੇ ਸਾਰਾ ਕੁਝ ਅਜੇ ਤੱਕ ਕੁਝ ਨਹੀਂ ਲਗਾਦਾ ਔਰ ਓਪੀ ਸੋਨੀ ਦਾ ਕੱਲ ਪਰਸੋਂ ਪਤਾ ਲੱਗਾ ਜਦੋਂ ਆਈ ਅਬਜਨਸ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੱਤਾ ਔਰ ਇਹ ਗੱਲ ਹੁੰਦੀ ਹੈ ਸੱਚ ਤੇ ਸੱਚ ਹੀ ਰਹਿੰਦਾ ਤੋ ਝੂਟ ਝੂਟ ਬਿਲਕੁਲ ਸਹੀ ਗੱਲ ਹੈ ਦਿੱਸੇ ਅਮਰੂਦਾਂ ਦੇ ਇੰਨੇ ਫਾਇਦੇ ਨੇ ਆ ਰਹਿਣ ਦਿੰਦਾ ਉੱਥੇ ਅਮਰੂਦ ਚਿੰਤਾ ਦਾ ਵਿਸ਼ਾ ਵੀ ਬਣ ਗਿਆ ਜੇ ਉਹਦੇ ਚ ਕਪਲੇ ਕੀਤੇ ਜਾ ਰਹੇ ਹੋ ਗੋਲ ਗੋਲ ਅਮਰੂਦ ਖਾਣੇ ਤੇ ਚੰਗੇ ਲੱਗਦੇ ਆ ਪਰ ਹੁਣ ਜਿਹੜੀ ਚਿੰਤਾ ਬਣ ਗਈ ਉਹ ਜਾਦੀ ਗੁੰਝਲਦਾਰ ਬਣ ਗਈ ਕਹਿੰਦੇ ਨੇ ਕਿ ਜਦੋਂ ਤੁਸੀਂ ਸਵੇਰੇ ਸ਼ੀਸ਼ਾ ਦੇਖਦੇ ਹੋ ਨਾ ਤਿਆਰ ਹੋਣ ਵੇਲੇ ਆ ਅ ਸ਼ੀਸ਼ੇ ਦੇ ਵਿੱਚ ਆਪਣੀਆਂ ਅੱਖਾਂ ਦੇਖੋ ਆਪਣੀਆਂ ਅੱਖਾਂ ਚੱਖਾ ਪਾ ਕੇ ਦੇਖ ਸਕਦੇ ਹੋ ਮਤਲਬ ਇਹ ਹੈ ਕਿ ਤੁਸੀਂ ਕਿੰਨੇ ਠੀਕ ਜੇ ਕਲੀਅਰ ਜੇ ਕਿੰਨੇ ਜਾਗਰੂਕ ਹੈਗੇ ਹੋ ਤੁਹਾਡੀ ਨੀਂਦ ਚੰਗੀ ਆ ਅੰਦਰੋਂ ਕਿੰਨੇ ਸੱਚੇ ਹੈ ਜਦੋਂ ਬੰਦਾ ਆਪਣੀਆਂ ਅੱਖਾਂ ਨਾਲ ਅੱਖਾਂ ਬੁਲਾ ਸਕਦਾ ਹੈ ਆ ਸਮਝ ਲਓ ਬੰਦਾ ਖਰ ਹੈ ਸਹੀ ਗੱਲ ਸੋ 1370 ਦੀ ਗੱਲ ਜੰਮੂ ਕਸ਼ਮੀਰ ਦੇ ਵਿੱਚ ਹੁੰਦੀ ਪਈ ਹੈ ਤੇ ਉਸ ਨੂੰ ਮੁੜ ਬਹਾਲ ਕਰਨ ਲਈ ਪਟੀਸ਼ਨਾਂ ਦੀ ਸੁਣਵਾਈ ਹੋ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਸਾਰਾ ਕੁਝ ਚਰਚਾ ਚੱਲਦਾ ਪਿਆ ਕਿ ਮੁੜ ਤੋਂ ਬਹਾਲ ਕੀਤਾ ਜਾਵੇ ਜੰਮੂ ਕਸ਼ਮੀਰ ਦਾ ਪੁਰਾਣਾ ਸਟੇਟਸ ਇਹ ਤੁਹਾਨੂੰ ਸਾਰਾ ਜਿਹੜੀ ਆ ਇਹ ਇੱਕ ਸਪੈਸ਼ਲ ਆਰਟੀਕਲ ਸੀਗਾ ਕਨਸਟੀਟਿਊਸ਼ਨ ਚ ਇਹਦੇ ਚ ਰਤਬਾ ਵਧੀਆ ਦਿੱਤਾ ਸੀਗਾ ਉਹਨੂੰ ਜੇ ਐਂਡ ਕੇ ਨੂੰ ਔਰ ਉਹਦੇ ਵਿੱਚ ਲੋਕ ਉਹਨਾਂ ਦੀਆਂ ਨੌਕਰੀਆਂ ਉਹਨਾਂ ਨੂੰ ਖਾਣ ਪੀਣ ਦੀ ਚੀਜ਼ਾਂ ਸਸਤੀਆਂ ਉਹਨਾਂ ਨੂੰ ਜਗ੍ਹਾ ਰਕੀਦਣ ਦੇ ਵਿੱਚ ਸਹੂਲਤਾਂ ਦਿੱਤੀਆਂ ਗਈਆਂ ਸੀਗੀਆਂ ਪਰ ਮੌਜੂਦਾ ਸਰਕਾਰ ਨੇ ਉਹ ਖਾਰਜ ਕਰ ਦਿੱਤਾ ਸੀ ਸਾਰਾ ਕੁਝ ਪਰ ਉਹਦੇ ਤੇ ਹੁਣ ਜਾਚ ਕਾ ਆ ਗਈਆਂ ਜਾਚ ਕਾ ਜਿਹੜੀਆਂ ਉਹਦੇ ਵਿੱਚ ਦੁਬਾਰਾ ਕਰਨਗੇ ਖਾਰਜ ਨਹੀਂ ਹੋਈਆਂ ਜਾਚ ਕਾ ਦੀ ਸੁਣਵਾਈ ਹੈਗੀ ਆ ਏ 2 ਅਗਸਤ ਨੂੰ ਹੈਗੀ ਆ ਔਰ ਉਹਦੇ ਵਿੱਚ ਉਮਰ ਅਬਦੁੱਲਾ ਤੇ ਮੁਤੀ ਮੁਹੰਮਦ ਜਿਹੜੇ ਹੈਗੇ ਨੇ ਉਹਨਾਂ ਨੇ ਕਹਿਤਾ ਕਿ ਅਸੀਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਸਾਡੇ ਲਈ ਬੜਾ ਵੱਡਾ ਕਾਨੂੰਨ ਹੈਗਾ ਇਹਦੇ ਵਿੱਚ ਚੀਫ ਜਸਟਿਸ ਨੇ ਕੁਝ ਰਿਪਰੈਜ਼ੈਂਟੇਟਿਵ ਜੱਜ ਭੇਜੇ ਸੀ ਇੱਥੇ ਆ ਕੇ ਖੁਦ ਵੇਖ ਕੇ ਗਿਆ ਕਿ ਕੀ ਸਿਚੁਏਸ਼ਨ ਹੈ ਇਨਾਂ ਲੋਕਾਂ ਦੀ ਔਰ ਉਹਦੇ ਵਿੱਚ ਇਹਨਾਂ ਨੇ ਆਂਦੇ ਵੀ ਲੋਕਾਂ ਨੂੰ ਬਲਾਵਾ ਦਿੱਤਾ ਸੀ ਚਾਹ ਸਕਦਾ ਸੀ ਕਿ ਤੁਹਾਨੂੰ ਜੀਐੜਕੇ ਦੇ ਵਿੱਚ ਰਹਿਣ ਲਈ ਖੁੱਲੀ ਆਜ਼ਾਦੀ ਰਹੂਗੀ ਇੱਥੇ ਜਗਾ ਤੁਹਾਨੂੰ ਫ੍ਰੀ ਲੈ ਲੋਗੇ ਆਪਣੇ ਮਾਲ ਆਪਣੇ ਕਾਰਖਾਨੇ ਲਾ ਲੋਗੇ ਪਰਵੰਦੇ ਉਹ ਕੁਝ ਨਹੀਂ ਆਇਆ ਕੋਈ ਬੰਦਾ ਹੀ ਨਹੀਂ ਆਇਆ ਹਰੰਦੇ ਉਹਦੇ ਤੋਂ ਬਾਅਦ ਸਨ ਇਨਸਾਨ ਤਰਤੀ ਪਈ ਹੈ ਸਾਰੀ ਕੁਝ ਅਸੀਂ ਚਾਹੁੰਦੇ ਹਾਂ ਕਿ ਫਿਰ ਇਹਦੇ ਵਿੱਚ ਰੌਣਕਾਂ ਲਿਆਉਣ ਲਈ ਇਹਦੇ ਵਿੱਚ ਕੁਸ਼ਾਲੀ ਲਾਉਣ ਲਈ ਇਸ ਤਾਰਾ ਨੂੰ ਦੁਬਾਰਾ ਵਾਪਸ ਲਿਆ ਕੇ ਉੱਥੇ ਜਾਂਦਾ ਜਾਵੇ ਜਿੱਥੇ ਸੀ ਕਿ ਕਨਸਟੀਟਿਊਸ਼ਨ ਦੇ ਅੰਡਰ ਔਰ ਜੋ ਕੁਝ ਨਾ ਨੇ ਡਿਸੀਜਨ ਲਿਆ ਉਹਨੂੰ ਦੁਬਾਰਾ ਖਾਰਜ ਕਰਕੇ ਕਨਸਟੀਟਿਊਸ਼ਨ ਦੇ ਅਕੋਰਡਿੰਗ ਰੱਖਿਆ ਜਾਵੇ ਇਹ ਉਹਨਾਂ ਦੀ ਮੰਗ ਹੈਗੀ ਸੀ ਜਾਜਕਾ ਪਾਤੀਆਂ ਉਹ ਕਹਿੰਦੇ ਜੇ 2019 ਦੇ ਵਿੱਚ ਆਈ ਸੀ ਤੇ ਹੁਣ ਤੱਕ ਵੇਖ ਲਓ 4-5 ਸਾਲ ਹੋ ਗਿਆ ਉਹਨਾਂ ਨੇ ਕਿਹਾ ਬੜੀ دیر ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਸੀਗਾ ਪਰ ਉਹਦੇ ਤੇ ਸੁਪਰੀਮ ਕੋਰਟ ਹੈ ਇਸ ਵੇਲੇ ਆਪਣਾ ਜਿਹੜਾ ਡਿਸੀਜਨ ਦੇਵੇਗੀ ਉਹ ਆਂਦੇ ਸਾਡੀ ਫੇਵਰ ਵਿੱਚ ਡਿਸੀਜਨ ਹੋਊਗਾ ਇਹ ਉਹਨਾਂ ਦਾ ਹੈਗਾ ਔਰ ਆਂਦੇ ਸਾਰੀ ਜੀਅੰਡਕੇ ਦੀ ਪਬਲਿਕ ਹੈ ਇਸ ਵੇਲੇ ਖੁਸ਼ ਹੈ ਜੀ ਖੁਸ਼ ਹੈ ਔਰ ਨਾਲ-ਨਾਲ ਕਈ ਲੋਕ ਐਸੇ ਵੀ ਨੇ ਜਿਹੜੇ ਖੁਸ਼ ਨਹੀਂ ਹੈਗੇ ਹਾਂ ਔਰ ਉਹ ਹਮੇਸ਼ਾ ਇਦਾਂ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਪਰ ਮੇਨ ਚੀਜ਼ ਇਹ ਹੈ ਕਿ ਭਾਰਤ ਅੰਠਾ ਰਹੇ ਭਾਰਤ ਦੇ ਸ਼ਾਂਤੀ ਰਹੇ ਦੀ ਅਖੰਡਤਾ ਹਮੇਸ਼ਾ ਬਣੀ ਰਹੇ ਬਿਲਕੁਲ ਜੀ ਬਲਕਾਰ ਜੀ ਹਾਂ ਜੀ ਚੱਲਿਆ ਜਾਏ ਜਰੂਰ ਰਾਜਵਤੂ ਤੁਸੀਂ ਬਾਤ ਵਿਸ਼ੇ ਵਧੀਆ ਲਾਇਆ ਚੰਗੇ ਲਾਇਆ ਸੀ ਜਿਹੜੇ ਖੁਸ਼ੀ ਵਾਲੇ ਆ ਗਏ ਬਹੁਤੇ 네ਗੇਟਿਵ ਨਹੀਂ ਸੀਗੇ ਇਹ ਗੱਲ ਦੇ ਵੀ ਅਸੀਂ ਜਿਹੜੇ ਸراہਨਾ ਕਰਦੇ ਜੀ ਔਰ ਅਸੀਂ ਦਰਸ਼ਕਾਂ ਦੇ ਵਿਚਾਰਾਂ ਦੀ ਵੀ ਸراہਨਾ ਕਰਾਂਗੇ ਸਾਨੂੰ ਇਨਬਾਕਸ ਕਰੋ ਆਪਣੇ ਵਿਚਾਰ ਸਾਡਾ ਚੈਨਲ ਪੰਜਾਬ ਮੇਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਸੱਚੇ ਕਾਲ